ਦੀ ਜੱਗ ਰਖਵਾਲਿਆ, ਤੇਰੇ ਚਰਨਾਂ ਤੇ ਆ ਕੇ ਸੀਸ ਹੈ ਟਿਕਾਲਿਆ। ਹੁਣ ਲੈ ਅਰਜ ਸਾਡੀ ਜੱਗ ਰਖਵਾਲਿਆ, ਤੇਰੇ ਚਰਨਾਂ ਤੇ ਆ ਕੇ ਸੀਸ ਹੈ ਟਿਕਾਲਿਆ। ਚੰਗੇ ਹਾਂ ਜਮੰਦੇ ਅਸੀਂ ਤੇਰੇ ਦਾਰ ਆ ਗਏ, ਚੰਗੇ ਹਾਂ ਜਮੰਦੇ ਅਸੀਂ ਤੇਰੇ ਦਾਰ ਆ ਗਏ। ਰੱਖ ਲੈ ਗਰੀਬ ਡੇਰੇ ਜਾਣ ਦਾ ਤਿਆ, ਢੇਰ ਗਲੀ ਤੇ ਆ ਜਸ ਗਾਉਣ ਲੱਗੇ ਹਾਂ। ਬਖਸ਼ੀ ਨਵਾਣਿਆਂ ਨੂੰ ਮਾਣ ਦਾ ਤਿਆ, ਢੇਰ ਗਲੀ ਤੇ ਆ ਜਸ ਗਾਉਣ ਲੱਗੇ ਹਾਂ। ਬਖਸ਼ੀ ਨਵਾਣਿਆਂ ਨੂੰ ਮਾਣ ਦਾ ਤਿਆ। ਤੇਰਾ ਜਸ ਗਾਉਣ ਲੱਗੇ ਹਾਂ, ਬਖਸ਼ੀ ਨਵਾਣਿਆਂ ਨੂੰ ਮਾਣ ਦਾ ਤਿਆ। ਮੇਰ ਗਲੀ ਤੇਰਾ ਜਸ ਗਾਉਣ ਲੱਗੇ ਹਾਂ, ਬਖਸ਼ੀ ਨਵਾਣਿਆਂ ਨੂੰ ਮਾਣ ਦਾ ਤਿਆ। Thank you.
ਦਾਦਾ ਦੇਣੇ ਤਾਰ ਦੇਤੀ ਕਲੱਚ ਰੱਖੀ ਦੁੱਖੜੇ ਨਵਾਰ ਦੇ ਨਦਰ ਸਵੱਲੀ ਕਰ ਦਾਦਾ ਦੇਣੇ ਤਾਰ ਦੇ ਰੰਗਣਾ ਖੁਸ਼ੀ ਦੀ ਚਾਰ ਔਕੜਾ ਰੂ ਤੱਕ ਰੰਗਣਾ ਖੁਸ਼ੀ ਦੀ ਚਾਰ ਔਕੜਾ ਰੂ ਤੱਕ ਕਰਦੇ ਦੁੱਖਾਂ ਦਾ ਕਲਿਆਣ ਦਾ ਦਿਆ ਮੇਰ ਕਰੀ ਤੇ ਅੱਜ ਅਸ ਗਾਉਣ ਲੱਗੇ ਹਾਂ ਬਖਸ਼ਿਸ਼ ਮਾਣਿਆਂ ਨੂੰ ਮਾਣ ਦਾ ਦਿਆ ਮੇਰ ਕਰੀ ਤੇ ਅੱਜ ਅਸ ਗਾਉਣ ਲੱਗੇ ਹਾਂ ਬਖਸ਼ਿਸ਼ ਮਾਣਿਆਂ ਨੂੰ ਮਾਣ ਦਾ ਦਿਆ ਰਣਜੀਤ ਨੂੰ ਵੀ ਤਾਨ ਸਣ ਲੱਗੀ ਅਤੇ ਰਣਜੀਤ ਨੂੰ ਵੀ ਮਾਫ ਕਰੀ ਦਾਸ ਯਾਰ ਜਾਣਦਾ ਦਿਆ ਮੇਰ ਕਰੀ ਤੇ ਅੱਜ ਅਸ ਗਾਉਣ ਲੱਗੇ ਹਾਂ ਬਖਸ਼ਿਸ਼ ਮਾਣਿਆਂ ਨੂੰ ਮਾਣਦਾ ਦਿਆ ਮੇਰ ਕਰੀ ਤੇ ਅੱਜ ਅਸ ਗਾਉਣ ਲੱਗੇ ਹਾਂ ਬਖਸ਼ਿਸ਼ ਮਾਣਿਆਂ ਨੂੰ ਮਾਣਦਾ ਦਿਆ ਬਖਸ਼ਿਸ਼ ਮਾਣਿਆਂ ਨੂੰ ਮਾਣਦਾ ਦਿਆ ਬਖਸ਼ਿਸ਼ ਮਾਣਿਆਂ ਨੂੰ ਮਾਣਦਾ ਦਿਆ ਵਾਹਿਗੁਰੂ 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 ਸਾਹਿਬੇ ਸੁਹਾਵਾ ਸਰਬਰੇ ਕਾਇਨਾਤ ਫਖਰੇ ਮੌਜੂਦਾਤ ਮੁਜੱਸਮੇ ਇਤਫਾਕ ਹਾਜ਼ਰਾ ਹਜ਼ੂਰ ਜ਼ਹਿਰਾ ਜ਼ਹੂਰ ਸਰਬ ਕਲਾ ਭਰਪੂਰ ਨਾਮ ਬਾਣੀ ਕੇ ਬੋਹਿਤ ਚਬਰ ਛਤਰ ਤਖਤ ਦੇ ਮਾਲਕ ਗੁਰਗੱਦੀ ਤੇ ਸੁਭਾਇਮਾਨ ਦਸਾਂ ਗੁਰੂਆਂ ਦਾ ਪਾਵਨ ਸਰੂਪ ਸਤਿ ਚਿੱਤ ਅਨੰਦ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਤਬਰਖ ਆਲਮਾਨਾ ਸ਼ਹਾਨਾ ਗੋਦ ਅੰਦਰ ਸੁਭਾਇਮਾਨ ਸ਼ਿਵ ਸਰੂਪ ਬਾਬਾ ਸ੍ਰੀ ਚੰਦ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਲਖਤੇ ਜ਼ਿਗਰ ਉਦਾਸੀ ਸੰਪਰਦਾ ਦੇ ਮੋਢੀ ਉਦਾਸੀ ਸੰਪਰਦਾ ਦੇ ਬਾਣੀ ਉਹਨਾਂ ਦਾ ਇਹ ਅਸਥਾਨ ਸਤਿਕਾਰਯੋਗ ਬਾਬਾ ਜੀਵਨ ਦਾਸ ਜੀ ਬਾਬਾ ਬ੍ਰਹਮਦਾਸ ਜੀ ਬਾਬਾ ਜੀਤ ਦਾਸ ਜੀ ਇਹ ਸਮੁੱਚੀ ਮਹੰਤ ਬਰਾਦਰੀ ਵੱਲੋਂ ਹਰ ਸਾਲ ਗੁਰੂ ਦੀ ਕਿਰਪਾ ਦਾ ਸਦਕਾ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਸਮਾਗਮ ਕੀਤੇ ਜਾਂਦੇ ਨੇ। ਦਾਸਾਂ ਤੋਂ ਪਹਿਲਾਂ ਗੁਰਮੁਖ ਪਿਆਰੇ ਬਾਜ ਸਿੰਘ ਜੀ ਦਾ ਤੁਹਾਡੀ ਜਥਾ ਤੁਹਾਡੀ ਸੇਵਾ ਕਰਕੇ ਗਏ। ਆਓ ਆਪਾਂ ਵੀ ਫਤਿਹ ਨਾਲ ਜੁੜ ਜਾਈਏ, ਫਤਿਹ ਦਾ ਸਿਮਰਨ ਕਰੀਏ। ਤੁਹਾਡੀ ਸੇਵਾ ਦੇ ਵਿੱਚ ਮੇਰੇ ਪਰਮ ਮਿੱਤਰ ਮਿੱਤਰਾਂ ਦੀ ਦੁਨੀਆ 'ਚੋਂ ਜਿਹਨਾਂ ਨੂੰ ਅਸੀਂ ਬਿੱਲਾ ਪੰਡਾਲ ਜੀ ਉਹ ਕਹਿੰਦੇ ਹਾਂ, ਉਹਨਾਂ ਦੇ ਹੁਕਮਾਂ 'ਤੇ ਫੁੱਲ ਚਾੜਦੇ ਹਾਂ, ਕਿਉਂਕਿ ਮੇਰਾ ਸੰਬੰਧ ਮੇਰੇ ਪਿਤਾ ਜੀ ਗਿਆਨੀ ਜਸਵੰਤ ਸਿੰਘ ਜੀ ਸਥਾਨ ਫਤਿਹਗੜ੍ਹ ਸਾਹਿਬ ਵਾਲੇ, ਜੋ ਕਿ ਸੰਤ ਬਾਬਾ ਹਰਦੇਵ ਸਿੰਘ ਜੀ ਲੂਲੋ ਵਾਲਿਆਂ ਦੇ ਤਕਰੀਬਨ ਉਹ ਇੱਕ ਕਲਾਸ ਮੇਰੇ ਪਿਤਾ ਜੀ ਅੱਗੇ ਸਨ, ਉਹ ਪਿੱਛੇ ਪੜ੍ਹਦੇ ਸਨ। ਅਤੇ ਹਰਭਜਨ ਸਿੰਘ ਜੀ ਫੱਕਰ ਸਾਡਾ ਪਰਿਵਾਰ ਹੈ, ਉਹ ਮੈਨੂੰ ਇਸੇ ਪਰਿਵਾਰ ਦੇ ਨਾਤੇ
ਅੱਜ ਹੁਕਮ ਦੇ ਕੇ ਸੱਦਿਆ ਗਿਆ ਆਓ। ਇਹ ਦਾਸ ਗਿਆਨੀ ਜਸਪਾਲ ਸਿੰਘ ਤਾਨ, ਢਾਡੀ ਇੰਦਰਜੀਤ ਸਿੰਘ ਲੱਖਾ, ਯਾਦਵਿੰਦਰ ਸਿੰਘ ਲੱਖਾ, ਰਣਜੀਤ ਸਿੰਘ ਜੀ ਲੱਖਾ ਵੱਲੋਂ ਸਤਿਗੁਰਾਂ ਦੀ ਬੁਲਾਈ ਹੋਈ ਫਤਿਹ। ਇੱਕੋ ਵਾਰ ਕਹਿਣ ਤੇ ਸਾਰੀ ਸੰਗਤ ਗਦਾਓ ਫਤਿਹ, ਪਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਸ੍ਰੀ ਚੰਦ ਜੀ ਬਾਰੇ ਕੌਣ ਨਹੀਂ ਜਾਣਦਾ? ਅੱਜ ਮੈਨੂੰ ਦੁੱਖ ਹੁੰਦਾ, ਬਾਬਾ ਸ੍ਰੀ ਚੰਦ ਜੀ ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਵੱਡੇ ਸਪੁੱਤਰ, ਜਿਨ੍ਹਾਂ ਨੇ ਚਾਰ ਧੂਣੇ ਥਾਪੇ, ਸਥਾਪਨਾ ਕੀਤੀ ਧੂਣਿਆਂ ਦੀ, ਔਰ ਜਿਨ੍ਹਾਂ ਨੇ 6 ਬਖਸ਼ਿਸ਼ਾਂ ਕੀਤੀਆਂ, ਔਰ ਉਹ ਬਾਬਾ ਸ੍ਰੀ ਚੰਦ ਜੀ ਜਿਨ੍ਹਾਂ ਨੇ 151 ਸਾਲ ਉਮਰ ਭੋਗੀ, 151 ਸਾਲ। ਅੱਜ ਕੋਈ ਉਮਰ 60 ਤੋਂ ਨਹੀਂ ਵੱਧਦਾ। ਮੈਨੂੰ ਪਤਾ ਲੱਗਿਆ ਰਾਤ ਹੀ ਸਾਡੇ ਇੱਕ ਭੈਣ ਇੱਥੇ ਪਿਆਜ਼ ਚੀਰਦੀ ਸੀ, ਸੇਵਾ ਕਰਦੀ ਸੀ, ਸੇਵਾ, ਔਰ ਸੇਵਾ ਕਰਦੀ ਕਰਦੀ ਘਰ ਪਹੁੰਚੀ, ਘਰ ਜਾਂਦੀ ਨੂੰ ਅਟੈਕ ਹੋ ਗਿਆ। ਹੈ ਕੋਈ ਦਾਵਾ? ਕੋਈ ਦਾਵਾ ਨਹੀਂ ਕਰ ਸਕਦਾ। ਆਗਾ ਆਪਣੀ ਮੌਤ ਸੇ ਕੋਈ ਬਸ਼ਰ ਨਹੀਂ, ਸਮਾਨ 100 ਵਰਸ ਕਾ ਪਲ ਭਰ ਕੀ ਖਬਰ ਨਹੀਂ, ਭਰੋਸਾ ਕਿਛ ਨਹੀਂ, ਤੇਰੀ ਇਸ ਜਿੰਦਗਾਨੀ ਕਾ ਆਦਮੀ ਬੁਲਬੁਲਾ ਹੈ, ਪਾਣੀ ਕਾ ਨਦਾਨੇ ਠਹਿਰ ਕਾ ਵਜਾਏ ਫੰਨਰ, ਚਲਤੀ ਕਮਾਨੀ ਕਾ ਉਪਰ ਜੋ ਕਹੇ ਫਿਕਰੇ, ਬਨੇ ਵੋ ਸਭ ਖਿਆਲੀ ਥੇ, ਸਿਕੰਦਰ ਜਬ ਚਲਾ ਦੁਨੀਆ ਸੇ ਦੋਨੋ ਹਾਥ ਖਾਲੀ। ਸਜਣਾ, ਅਸੀਂ ਕਿੰਤੂ ਪਰੰਤੂ ਬਾਬਾ ਸ੍ਰੀ ਚੰਦ ਜੀ ਤੇ ਕਰਦੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸੰਤਾਨ ਤੇ ਕਰਦੇ ਹਾਂ, ਜਦਕਿ ਸਾਨੂੰ ਆਪਣੇ ਆਪ ਵੀ ਆਪਣੇ ਆਪ ਦਾ ਵੀ ਪਤਾ ਨਹੀਂ, ਸਾਨੂੰ ਆਪਣੇ ਆਪ ਦਾ ਵੀ ਵਿਸ਼ਵਾਸ ਨਹੀਂ। ਆ ਜੀਵਨ, ਆ ਜ਼ਿੰਦਗੀ ਜਿਹੜਾ ਸਾਨੂੰ ਤੁਹਾਨੂੰ ਸਭ ਨੂੰ ਮਿਲਿਆ, ਔਰ ਇਹ ਬੜੇ ਚੰਗੇ ਭਾਗ, ਚੰਗੇ ਕਰਮ ਕੀਤੇ ਨੇ ਤਾਂ ਇਹ ਜੀਵਨ ਮਿਲਿਆ। ਇਸ ਧਰਤੀ ਮੈਂ ਤੇਰੀ ਸਰਦਾਰੀ, ਇੱਥੇ ਤੈਨੂੰ ਸਰਦਾਰ ਬਣਾ ਕੇ ਭੇਜਿਆ, ਅਵਰ ਜੋਨ ਤੇਰੀ ਪਨਿਹਾਰੀ, 84 ਲੱਖ ਜੋਨ ਉਪਾਈ, ਮਾਨਸ ਕੋ ਪ੍ਰਭ ਦੀ ਵਧਿਆਈ। ਹਾਂ, ਜਿਹੜਾ ਇੱਥੇ ਆ ਕੇ ਵੀ ਚੁੱਕ ਗਿਆ, ਬਸ ਫਿਰ ਨੀ ਕਿਤੇ ਥਾਂ ਮਿਲਣੀ, ਫਿਰ ਆਏ ਜਾਏ ਦੁੱਖ ਪਾਏਗਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਫਿਲਾਸਫੀ ਬਹੁਤ ਡੂੰਘੀ ਹੈ, ਕੋਈ ਨਹੀਂ ਸਮਝ ਸਕਦਾ। ਜੇ ਕੋਈ ਕਿਸੇ ਨੂੰ ਕਵੇ ਜੀਵਨ ਉੱਤੇ, ਜ਼ਿੰਦਗੀ ਦੇ ਉੱਤੇ ਕੋਈ ਪਰਚਾ ਲਿਖਣਾ, ਤਾਂ ਮਾਫ ਕਰਨਾ, ਵੱਡੇ ਵੱਡੇ ਵਿਦਵਾਨ ਕਿਤਾਬਾਂ ਦੀਆਂ ਕਿਤਾਬਾਂ ਜ਼ਿੰਦਗੀ ਤੇ ਲਿਖਦੇ ਹਾਂ, ਫਿਰ ਵੀ ਕਹਿਣਗੇ ਔਰ ਕਿ ਹਾਲੇ ਹੋਰ ਰਹਿ ਗਿਆ। ਪਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਜੀਵਨ ਫਲਸਫੀ ਕੇਵਲ 2 ਅੱਖਰਾਂ ਦੇ ਵਿੱਚ ਸਮਾਪਤ ਕਰ ਦਿੱਤੇ, 2 ਅੱਖਰਾਂ ਦੇ। ਬਾਬਾ ਨਾਨਕ ਕਹਿੰਦਾ ਆਇਆ
ਗਿਆ, ਮਨੁੱਖ ਆਇਆ ਤੇ ਚਲਾ ਗਿਆ, ਹੋਇਆ ਕੀ ਫਿਰ ਮੋਇਆ, ਫਿਰ ਮਰ ਗਿਆ, ਫਿਰ ਮਰ ਗਿਆ, ਮੋਇਆ ਨਾਉ ਪਿੱਛੇ ਪੱਤਲ ਸੱਦਿਓ ਕਾਂ। ਬਸ ਇੰਨੀ ਕੁ ਫਿਲਾਸਫੀ, ਇੰਨਾ ਕੁ ਜੀਵਨ ਹੈ ਇਹਦਾ ਮਨੁੱਖ ਦਾ। ਗੁਰਬਾਣੀ ਨੇ ਫੈਸਲਾ ਕਰ ਦਿੱਤਾ ਹੈ, ਦਸ ਬਾਲਤਨ ਬੀਸ ਰਵਣ, ਦਸ ਬਾਲਤਨ ਬੀਸ ਰਵਣ, ਤੀਸਾ ਕਾ ਸੁੰਦਰ ਕਹਾਵੈ, ਚਾਲੀਸ ਪੁਰ ਪਚਾਸੀ ਪੱਗ ਖਿੱਸੈ, ਸੱਠੀ ਕੋ ਵਡੇਪਾ ਆਵੈ, ਸੱਤਰ ਕਾ ਮਤਹੀਨ ਅੱਸੀ ਕਾ ਵਿਵਹਾਰ ਨਾ ਪਾਵੈ, ਨੱਬੇ ਕਾ ਸੇ ਦਰਸ਼ਨੀ ਮੂਲ ਨਾ ਜਾਣੈ, ਅਪ ਬਲ ਟੰਡੋਲਮ ਟੂੰਡਮ ਦਿੱਠ ਮੈਂ, ਨਾਨਕ ਜਗ ਧੂਏ ਕਾ ਤਵਲਹਾਰ। ਆ ਜਿਹੜਾ ਸੰਸਾਰ ਦਿਖਦਾ ਹੈ ਨਾ, ਲੱਗਦਾ ਸੱਚਾ, ਲੱਗਦਾ ਆਪਾਂ ਨੂੰ ਇਹ ਹਕੀਕੀ ਹੈ, ਪਰ ਸੱਚਾ ਨਹੀਂ। ਮਹਾਰਾਜ ਕਹਿੰਦੇ ਨੇ, ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ, ਇਹ ਸਮੱਗਰੀ ਝੂਠ ਦੀ ਹੈ ਪਰ ਇਹਨੂੰ ਸੱਚ ਮੰਨੀ ਬੈਠੇ ਆ। ਜ਼ਿੰਦਗੀ ਬਿਲਾਸ ਦੇ ਰਚੇਤਾ ਸਾਧੂ ਦਇਆ ਸਿੰਘ ਆਰਫ, ਉਹਨਾਂ ਨੇ ਬੜੀ ਕਮਾਲ ਦੀ ਗੱਲ ਕਹੀ ਇਸ ਮਨੁੱਖ ਬਾਰੇ। ਲਿਖਦੇ ਆ, ਕਹਿੰਦੇ ਬਰੇ ਹੋ ਗਏ ਦਸ, ਕਦੇ ਪੈਂਦਾ ਰੋ ਕਦੇ ਪੈਂਦਾ ਹੱਸ, ਬਰੇ ਹੋ ਗਏ ਵੀਹ ਫਿਰ ਜਵਾਨੀ ਆ ਗਈ, ਫਿਰ ਨੀ ਪਰਵਾਹ ਕਰਦਾ ਕਿਸੇ ਦੀ, ਫਿਰ ਕਹਿੰਦਾ ਤੈਨੂੰ ਕੀ, ਵਰੇ ਹੋ ਗਏ ਤੀਹ ਪੈ ਗਈ ਗ੍ਰਿਸਤੀ ਲੀ, ਵਰੇ ਹੋ ਗਏ ਚਾਲੀ ਗਲ ਪੈ ਗਈ ਗ੍ਰਿਸਤੀ ਪੰਜਾਲੀ, ਵਰੇ ਹੋ ਗਏ ਪੰਜਾਹ, ਕਿਉਂਕਿ ਪਹਿਲਾਂ ਤਾਂ ਇਕੱਲੇ ਸਾਂ, ਮਾਂ ਨੇ ਪਕਾਈਆਂ ਪੁੱਤ ਨੇ ਖਾਈਆਂ, ਫਿਰ ਸ਼ਾਦੀ ਹੋ ਗਈ ਬੱਚੇ ਹੋ ਗਏ, ਫਿਰ ਘਰ ਵਾਲੀ ਲਈ ਵੀ ਕਮਾ ਕੇ ਲਿਆਉਣਾ, ਬੱਚਿਆਂ ਲਈ ਵੀ ਕਮਾ ਕੇ ਲਿਆਉਣਾ, ਫਿਰ ਆਪਣਾ ਵੀ ਸਟੇਟਸ ਬਣਾਉਣਾ, ਫਿਰ ਬਰੇ ਹੋ ਗਏ ਪੰਜਾਹ, ਫਿਰ ਜਾ ਹੀ ਜਾ ਭੱਜਿਆ ਫਿਰਦਾ ਕਦੇ ਦੁਬਈ ਕਦੇ ਕੁਵੈਤ ਕਦੇ ਲੰਡਨ ਕਦੇ ਕਨੇਡਾ, ਵੀ ਧਨ ਇਕੱਠਾ ਹੋ ਜਾਵੇ। ਉਸ ਤੋਂ ਬਾਅਦ ਬਰੇ ਹੋ ਗਏ ਸੱਠ, ਮਾਇਆ ਚੌਕੀ ਇਕੱਠੀ ਹੋ ਗਈ, ਪੈ ਗਈ ਮਾਇਆ ਦੀ ਗੱਠ, ਇਹ ਵੀ ਬਾਹਲੀ ਦੇਰ ਨਹੀਂ ਰਹਿੰਦਾ, ਸਦਾ ਨਾ ਬਾਗੀ ਬੁਲਬੁਲ ਹੋਲੇ, ਸਦਾ ਨਾ ਬਹਾਰਾਂ। ਮੇਰੇ ਅਜੀਜ਼ ਯਾਦਵੀਰ ਸਿੰਘ ਜੀ ਯਾਦੂ, ਜਿਹੜੇ ਤੁਹਾਡੇ ਇਲਾਕੇ 'ਚ ਰਹਿੰਦੇ ਨੇ, ਕੁਲਵਿੰਦਰ ਸਿੰਘ ਜੀ ਘੁੰਮਣ ਸਰੰਗੀ ਵਾਦਕ ਦੇ ਚੇਲੇ ਨੇ, ਧੰਨਵਾਦ ਕਰਦੇ, ਮਾਇਆ ਭੇਜ ਗਏ ਨੇ। ਸੰਗਤ ਜੀ ਮੈਂ ਅੱਧ ਕਰ ਰਿਹਾ ਸਾਂ, ਬਰੇ ਹੋ ਗਏ ਸੱਠ ਪੈ ਗਈ ਮਾਇਆ ਦੀ ਗੱਠ, ਬਰੇ ਹੋ ਗਏ ਸੱਤਰ ਢਿੱਲਾ ਪੈ ਗਿਆ ਮੱਥੇ ਦਾ ਨਛੱਤਰ, ਬਰੇ ਹੋ ਗਏ ਅੱਸੀ ਬਾਪੂ ਮੰਗਦਾ ਦੁੱਧ ਮਿਲਦੀ ਨਹੀਂ ਲੱਸੀ। ਅੱਗੇ ਉਹ ਸੌ ਸੌ ਗੱਲਾਂ ਸੁਣੀਆਂ ਪੈਂਦੀਆਂ। ਬਰੇ ਹੋ ਗਏ ਨੱਬੇ ਮੂੰਹੋਂ ਗੱਲ ਕੋਈ ਨਾ ਫੱਬੇ, ਬਰੇ ਹੋ ਗਏ ਸੌ ਫਿਰ ਸਾਰੇ ਕਹਿੰਦੇ ਨੇ ਬਾਪੂ ਹੁਣ ਤਾਂ ਮਗਰੋਂ ਲਾ ਮਗਰੋਂ। ਆ ਸਾਡੀ ਅਧੋਗਤੀ ਹੈ, ਬਸ ਇਸ ਤੋਂ ਅੱਗੇ ਕੋਈ ਸਾਡੀ ਨਾ ਕਿਸੇ ਨੇ ਕੋਈ ਬਰਸੀ ਮਨਾਉਣੀ ਹੈ, ਨਾ ਕੋਈ ਦਿਨ ਮਨਾਉਣਾ ਹੈ। ਧੰਨ ਬਾਬਾ ਸ੍ਰੀ ਚੰਦ ਜੀ, ਸਦੀਆਂ ਬੀਤ ਗਈਆਂ, ਉਹਨਾਂ ਦੀ ਯਾਦ ਵਿੱਚ ਜੱਗ ਹੁੰਦੇ ਨੇ, ਉਹਨਾਂ ਦੀ ਯਾਦ ਵਿੱਚ
ਮੇਲੇ ਲੱਗਦੇ ਨੇ, ਉਹਨਾਂ ਦੀ ਯਾਦ ਵਿੱਚ ਦੀਵਾਨ ਲੱਗਦੇ ਨੇ, ਉਹਨਾਂ ਦੀ ਯਾਦ ਵਿੱਚ ਮੈਂ ਗੱਲਾਂ ਕਰਦਾ ਆ ਰਿਹਾ ਸੀ ਸਾਥੀਆਂ ਨਾਲ। ਇਹ ਲੋਕ ਦੁਕਾਨਾਂ ਲਾਈ ਬੈਠੇ ਨੇ, ਕਿੰਨੇ ਪਰਿਵਾਰਾਂ ਦੇ ਟੱਬਰ ਪਲਦੇ ਹੋਣਗੇ। ਬਾਬਾ ਸ੍ਰੀ ਚੰਦ ਜੀ ਦਾ ਜਦੋਂ ਜੋੜ ਮੇਲਾ ਆਉਂਦਾ, ਹਰ ਬੰਦੇ ਦੀ ਆਸਥਾ ਹੁੰਦੀ ਹੈ ਬਾਬਾ ਸ੍ਰੀ ਚੰਦ ਜੀ ਸਭ ਦੀਆਂ ਝੋਲੀਆਂ ਭਰਦੇ ਨੇ। ਆਓ ਸੰਗਤ ਵਿੱਚ ਜੁੜ ਕੇ ਬੈਠੇ ਹੋ, ਇਹ ਬਿਨਾਂ ਭਾਗਾਂ ਤੋਂ ਸੰਗਤ ਨਹੀਂ ਕੀਤੀ ਜਾਂਦੀ। ਜਿਹੜਾ ਸੰਗਤ ਵਿੱਚ ਆ ਜਾਂਦਾ ਉਹਨੂੰ ਕਿਸੇ ਗੱਲ ਦੀ ਕਮੀ ਨਹੀਂ ਰਹਿੰਦੀ। ਇੱਕ ਵਿਦਵਾਨ ਦੇ ਬੋਲ ਨੇ ਸੁਣੇ ਗੁਰਬਾਣੀ, ਉਹਦਾ ਮਨ ਸ਼ੁੱਧ ਸਾਫ ਹੋਵੇ, ਮਾਰ ਹੰਕਾਰ ਦੇਵੇ, ਘੜੀ ਸਤ ਸੰਗ ਦੀ ਕ੍ਰਿਸ਼ਨਾ ਬੁਝਾਏ ਤੇ ਮਿਟਾਏ ਦੁੱਖ ਰੋਗ ਸਾਰੇ, ਤਪਿਆ ਨੂੰ ਠਾਰ ਦੇਵੇ, ਘੜੀ ਸਤ ਸੰਗ ਦੀ ਇਹ ਮਾਨਸ ਜਨਮ ਨਹੀਓ ਬਾਰ ਬਾਰ ਹੱਥ ਆਉਣਾ, ਇਹ ਜਨਮ ਸਵਾਰ ਦੇਵੇ, ਘੜੀ ਸਤ ਸੰਗ ਦੀ ਇਹ ਘੜੀ ਆਦੀ ਘੜੀ, ਜਿਹੜਾ ਸਤ ਸੰਗ ਕਰੇ 21 ਕੁਲਾਂ ਤਾਰ ਦੇਵੇ, ਘੜੀ ਸਤ ਸੰਗ ਦੀ ਘੜੀ ਸਤ ਸੰਗ ਦੀ ਸਤ ਸੰਗਤ ਕਰ ਬੰਦਿਆ ਜੇ ਤੂੰ ਕਰਨਾ ਜਨਮ। ਸੰਗਤ ਕਰ ਬੰਦਿਆ ਜੇ ਤੂੰ ਕਰਨਾ ਜਨਮ ਸੁਹੇਲਾ।
ਰਾਜਣੀਆਂ ਛੱਡ ਦੇ ਤੂੰ ਲਾਉਣੇ ਕੱਪੜੇ ਦਿਨੇ ਦਿਹਾਰੇ, ਰਾਜਣੀਆਂ ਛੱਡ ਦੇ ਤੂੰ ਲਾਉਣੇ ਕੱਪੜੇ ਦਿਨੇ ਦਿਹਾਰੇ। ਸੰਗਤ ਕਰ ਬੰਦਿਆ ਜੇ ਤੂੰ ਕਰਨਾ ਜਨਮ ਸੁਹੇਲਾ, ਸਤ ਸੰਗਤ ਕਰ ਬੰਦਿਆ ਜੇ ਤੂੰ ਕਰਨਾ ਜਨਮ ਸੁਹੇਲਾ। ਹਰ ਨੇਕ ਮਾਣੀਆਂ ਤੂੰ ਮਾਨ ਬਿਨਾ ਖਾਲੀ ਮੁਰਦੂ ਹੰਸ ਅਕੇਲਾ, ਸਤ ਸੰਗਤ ਕਰ ਬੰਦਿਆ ਜੇ ਤੂੰ ਕਰਨਾ ਜਨਮ ਸੁਹੇਲਾ, ਸਤ ਸੰਗਤ ਕਰ ਬੰਦਿਆ ਜੇ ਤੂੰ ਕਰਨਾ ਜਨਮ ਸੁਹੇਲਾ। ਪਛਤਾਵੇਗਾ ਜਾਂ ਪੱਲੇ ਰਹਿ ਗਏ ਹੋਂਕੇ ਹਾਵੇ, ਪਿੱਛੋਂ ਪਛਤਾਵੇਗਾ ਜਾਂ ਪੱਲੇ ਰਹਿ ਗਏ ਹੋਂਕੇ ਹਾਵੇ। ਸੱਚੇ ਨਾਮ ਬਿਨਾ ਚੱਲਣਾ ਮੌਜ ਮਾਦਾ ਸੇਂਦਾ, ਸਤ ਸੰਗਤ ਕਰ ਬੰਦਿਆ ਜੇ ਤੂੰ ਕਰਨਾ ਜਨਮ ਸੁਹੇਲਾ, ਸਤ ਸੰਗਤ ਕਰ ਬੰਦਿਆ ਜੇ ਤੂੰ ਕਰਨਾ ਜਨਮ ਸੁਹੇਲਾ। Ah!
ਜੀ ਦਾਸ ਜੀ ਇਸ ਅਸਥਾਨ ਦੇ ਮੁੱਖ ਸੇਵਾਦਾਰ ਮਹੰਤ ਜਸਵਿੰਦਰ ਦਾਸ ਜੀ ਬੇਅੰਤ ਪਿਆਰ ਭੇਜ ਕੇ ਗਏ ਨੇ। ਨਰਿੰਦਰ ਸਿੰਘ ਜੀ ਕੈਨੇਡਾ ਵਾਲੇ, ਗੁਰਬਖਸ਼ ਸਿੰਘ ਜੀ ਅਠੌਲੀ ਵਾਲੇ, ਮੇਰੇ ਪਰਮ ਮਿੱਤਰ ਢਾਡੀ ਵੀਰ ਪਾਲਦੀਪ ਸਿੰਘ ਜੀ ਅਠੌਲੀ, ਜੋ ਅੱਜ ਕੱਲ੍ਹ ਅਮੈਰੀਕਾ ਦੀ ਧਰਤੀ ਉੱਤੇ ਸੰਗਤਾਂ ਦੀ ਸੇਵਾ ਕਰ ਰਹੇ ਨੇ, ਔਰ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਆਇਆ, ਪਿਆਰ ਆਇਆ, ਭੈਣਾਂ ਵੱਲੋਂ, ਵੀਰਾਂ ਵੱਲੋਂ, ਬਜ਼ੁਰਗਾਂ ਵੱਲੋਂ, ਸਮੁੱਚੀ ਸੰਗਤ ਵੱਲੋਂ ਬਹੁਤ ਸਾਰੀ ਆਸ਼ੀਰਵਾਦ ਆਈ ਹੈ। ਬਾਬਾ ਸ੍ਰੀ ਚੰਦ ਜੀ ਸਭ ਦੇ ਖਜ਼ਾਨੇ ਭਰਪੂਰ ਕਰਨ, ਸਭ ਦੀਆਂ ਮਨੋਭਾਵਨਾਵਾਂ ਨੂੰ ਫਲ ਲਾਉਣ, ਔਰ ਸਭ ਨੂੰ ਚੜ੍ਹਦੀ ਕਲਾ ਬਖਸ਼ ਕੇ ਹਰ ਮੈਦਾਨ ਦੀਵਾਨ ਫਤਿਹ ਬਖਸ਼ ਕਰਨ। ਸਤਿਕਾਰਯੋਗ ਬੱਚੀ, 500 ਰੁਪਇਆ ਬਾਬਾ ਸ੍ਰੀ ਚੰਦ ਜੀ ਦੀਆਂ ਬਰਕਤਾਂ ਵਿੱਚੋਂ ਹਾਜ਼ਰ ਕਰ ਗਏ ਨੇ। ਬਾਬਾ ਸ੍ਰੀ ਚੰਦ ਜੀ ਕਿਰਪਾ ਕਰਿਓ, ਰਹਿਮਤ ਕਰਿਓ, ਜਿਨ੍ਹਾਂ ਖਜ਼ਾਨਿਆਂ 'ਚੋਂ ਮਾਇਆ ਆਉਂਦੀ ਹੈ ਉਹਨਾਂ ਖਜ਼ਾਨਿਆਂ 'ਚ ਕੋਈ ਕਮੀ ਨਾ ਆਵੇ। ਸਿਆਣੇ ਕਹਿੰਦੇ ਨੇ, ਵਹਿੰਦੇ ਪਾਣੀ ਕਦੇ ਗੰਦੇ ਨਹੀਂ ਹੁੰਦੇ, ਗੰਦੇ ਉਹ ਪਾਣੀ ਹੁੰਦੇ ਨੇ ਜਿਹੜੇ ਰੁਕ ਜਾਂਦੇ। ਜਿਹੜੀ ਮਾਇਆ ਤੁਰਦੀ ਰਹਿੰਦੀ ਹੈ ਉਹ ਮਾਇਆ ਜਿਹੜੀ ਸਫਲ ਹੁੰਦੀ ਰਹਿੰਦੀ ਹੈ, ਉਹਦੇ ਵਿੱਚ ਬਰਕਤਾਂ ਪੈਂਦੀਆਂ ਨੇ। ਬਾਬਾ ਜੀ ਬਰਕਤਾਂ ਪਾਉਣ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਅਸਲ ਵਿੱਚ ਇਹ ਤਾਂ ਹੈ ਜ਼ਿੰਦਗੀ, ਅਸਲ ਵਿੱਚ ਇਹ ਤਾਂ ਹੈ ਜ਼ਿੰਦਗੀ, ਜੇ ਬੋੜਾਂ ਵਰਗੀ ਸ਼ਾਂ ਹੈ ਜ਼ਿੰਦਗੀ, ਮਰ ਕੇ ਵੀ ਜਿਹੜੀ ਭੁੱਲਦੀ ਨਹੀਂ। ਬਾਬਾ ਸ੍ਰੀ ਚੰਦ ਵਰਗੀ, ਮਰ ਕੇ ਵੀ ਜਿਹੜੀ ਭੁੱਲਦੀ ਨਹੀਂ, ਇਸੇ ਗੱਲ ਦਾ ਨਾਂ ਹੈ ਜ਼ਿੰਦਗੀ, ਇਸੇ ਗੱਲ ਦਾ ਨਾਂ ਹੈ ਜ਼ਿੰਦਗੀ। ਜ਼ਿੰਦਗੀ ਕੋ ਜ਼ਿੰਦਗੀ ਮੇ ਜ਼ਿੰਦਗੀ ਕਾ ਰਾਜ ਪਾਣਾ ਚਾਹੀਏ, ਜ਼ਿੰਦਗੀ ਕੋ ਜ਼ਿੰਦਗੀ ਮੇ ਮੁਸਕਰਾਨਾ ਚਾਹੀਏ, ਜ਼ਿੰਦਗੀ ਕੋ ਜ਼ਿੰਦਗੀ ਮੇ ਕਾਮ ਆਨਾ ਚਾਹੀਏ, ਜ਼ਿੰਦਗੀ ਮੇ ਜ਼ਿੰਦਗੀ ਕੀ ਸ਼ਰਤ ਗਰ ਪੂਰੀ ਨਾ ਹੋ ਤੋ ਜ਼ਿੰਦਗੀ ਕੋ ਜ਼ਿੰਦਗੀ ਸੇ ਰੂਠ ਜਾਣਾ ਚਾਹੀਏ। ਇਹੋ ਜੀ ਜ਼ਿੰਦਗੀ ਦਾ ਕੋਈ ਫਾਇਦਾ ਨਹੀਂ ਜਿਹੜੀ ਕੇਵਲ ਆਪਣੇ ਲਈ ਜੀ ਜਾਏ। ਰੱਬ ਦੀ ਦਰਗਾਹ 'ਚ ਹਰੇਕ ਨੇ ਜਾਣਾ, ਕੋਈ ਹਿੰਦੂ ਹੈ, ਚਾਹੇ ਕੋਈ ਮੁਸਲਮਾਨ ਹੈ, ਚਾਹੇ ਕੋਈ ਛੋਟਾ ਹੈ, ਚਾਹੇ ਕੋਈ ਵੱਡਾ ਹੈ, ਹਰੇਕ ਨੇ ਮਾਲਕ ਦੀ ਬਾਰਗਾਹ ਦੇ ਵਿੱਚ ਜਾਣਾ। ਉੱਥੇ ਇਹ ਨਹੀਂ ਪੁੱਛਿਆ ਜਾਏਗਾ ਆਪਣੇ ਲਈ ਕੀ ਕੁਝ ਕਰਕੇ ਆਇਆ, ਕਿੰਨਾ ਕੁ ਬੈਂਕ ਬੈਲੈਂਸ ਛੱਡ ਆਇਆ, ਕਿੰਨੀ ਕੁ ਪ੍ਰਾਪਰਟੀ ਛੱਡ ਆਇਆ। ਉੱਥੇ ਪੁੱਛਿਆ ਜਾਏਗਾ ਤੂੰ ਦੂਜਿਆਂ ਲਈ ਕੀ ਕੀਤਾ, ਦੂਜਿਆਂ ਲਈ ਕੀ ਕੁਝ ਕਰਕੇ ਆਏ। ਬਸ ਇਹੋ ਲੇਖਾ ਜੋਖਾ ਹੋਵੇਗਾ, ਜਿਨ੍ਹਾਂ ਨੇ ਆਪਣੇ ਲਈ ਕੀਤਾ ਉਹਨਾਂ ਨੂੰ ਤਾਂ ਆ 4500 ਲੱਖ 4500 ਲੱਖ ਰੁਪਇਆ ਨਿਰਮਲ ਪੰਗੂ ਪਰਲ ਕੰਪਨੀ ਵਾਲੇ ਨੇ ਇਕੱਠਾ ਕੀਤਾ, ਤੇ ਜਾਣ ਵੇਲੇ 45 ਪੈਸੇ ਵੀ ਨਹੀਂ ਨਾਲ ਗਏ। ਆ ਸਾਡੇ ਸਾਹਮਣੇ ਆ, ਹੋਰ ਬੜੇ ਬੜੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਨਾਡੂ ਖਾਂ ਇੱਥੋਂ ਤੁਰ ਗਏ ਨੇ। ਅਸਲ ਮਾਨਿਆਂ 'ਚ ਉਹਨਾਂ ਨੂੰ ਰੱਬ ਭੁੱਲ ਗਏ, ਰੱਬ ਭੁਲਾ ਦਿੰਦੀ ਹੈ। ਮਾਇਆ ਚੀਜ਼ ਐਸੀ ਹੈ, ਇਹ ਮਾਇਆ ਅਮਰ ਵਰਤਾਇਆ, ਇਹ ਮਾਇਆ ਤੇਰੋ ਤੀਨ ਨਾਮ ਪਰਸੂ ਪਰਸਾ ਪਰਸ ਰਾਮ। ਇਹ ਮਾਇਆ ਐਸੀ ਹੈ ਨਾ, ਬੰਦਾ ਉਹ ਹੀ ਹੁੰਦਾ ਜਦੋਂ ਬੋਝੇ 'ਚ 4 ਛਿੱਲੜ ਨਾ ਹੋਣ, ਹਰੇਕ ਬੰਦਾ ਕਹਿੰਦਾ ਓਏ ਪਰਸੂ, ਜੇ ਕਿਤੇ 2-4 ਰੁਪਏ ਆ ਜਾਣ ਫਿਰ ਕਹਿੰਦਾ ਪਰਸਾ ਜਾ ਰਿਹਾ ਪਰਸਾ, ਜੇ ਕਿਤੇ
ਫਿਰ ਧਨਾੜ ਬਣਦਾ ਹੈ ਉਹੀ ਪਰਸਾ, ਫਿਰ ਪਰਸ ਰਾਮ ਜੀ ਸੇਠ ਬਣ ਜਾਂਦੇ ਨੇ। ਇਹ ਮਾਇਆ ਜਿਵੇਂ ਮਨੁੱਖ ਨੂੰ ਨਚਾਉਂਦੀ ਹੈ, ਇਹ ਮਨੁੱਖ ਨੱਚੀ ਜਾਂਦਾ ਹੈ, ਕੁਝ ਨਹੀਂ ਹੈ, ਕੁਝ ਨਹੀਂ। ਔਰ ਸੰਗਤ ਜੀ, ਇਬਾਦਤ ਹੈ ਦੁਖੀਓ ਕੀ ਇਮਦਾਦ ਕਰਨਾ, ਜੋ ਨਾਸ਼ਾਦ ਹੋ ਉਨਕਾ ਦਿਲ ਸ਼ਾਦ ਕਰਨਾ, ਇਬਾਦਤ ਖੁਦਾ ਕੀ ਔਰ ਪੂਜਾ ਦਹੀ ਗੈ, ਜੋ ਬਰਬਾਦ ਹੋ ਉਨਕੋ ਆਬਾਦ ਕਰਨਾ। ਕਦੇ ਕੋਈ ਭੁੱਖਾ ਰਜਾਇਆ ਈ ਦਸ ਖਾ, ਕਦੇ ਕੋਈ ਵਿਛੜਿਆ ਮਨਾਇਆ ਈ ਦਸ ਖਾ, ਕਦੇ ਕੋਈ ਰੋਂਦਾ ਹਸਾਇਆ ਈ ਦਸ ਖਾ, ਕਦੇ ਕੋਈ ਡਿੱਗਾ ਉਠਾਇਆ ਈ ਦਸ ਖਾ। ਜੇ ਪਾਟਾ ਜ਼ਿਕਰ ਨਹੀਂ ਤੂੰ ਕਿਸੇ ਦਾ ਸੀਤਾ, ਮੇਰੀ ਮਾਲਾ ਹੀ ਫੇਰੀ ਤੂੰ ਕੱਖ ਵੀ ਨਹੀਂ ਕੀਤਾ। ਇਬਾਦਤ ਦੇ ਨਹੀਂ ਕਿ ਮਸਜਿਦ ਮੈਂ ਸਰ ਝੁਕਾ ਦੇਣਾ, ਇਬਾਦਤ ਹੈ ਕਿਸੇ ਪਿਆਸੇ ਕੋ ਪਾਣੀ ਪਿਲਾ ਦੇਣਾ, ਇਬਾਦਤ ਹੈ ਕਿਸੇ ਭੁੱਖੇ ਕੋ ਰੋਟੀ ਖਿਲਾ ਦੇਣਾ, ਇਬਾਦਤ ਹੈ ਕਿਸੇ ਰੋਤੇ ਕੋ ਹਸਾ ਦੇਣਾ, ਇਬਾਦਤ ਹੈ ਕਿਸੇ ਗਿਰੇ ਹੋਏ ਕੋ ਉਠਾ ਦੇਣਾ। ਇਹਨੂੰ ਕਹਿੰਦੇ ਨੇ ਬੰਦਗੀ, ਇਹਨੂੰ ਕਹਿੰਦੇ ਨੇ ਇਬਾਦਤ। ਬਾਬਾ ਸ੍ਰੀ ਚੰਦ ਜੀ ਨੇ ਲੱਖਾਂ ਪ੍ਰਾਣੀਆਂ ਨੂੰ ਜੀਵਨ ਦਾਨ ਦਿੱਤਾ, ਲੱਖਾਂ ਪਰ ਉਪਕਾਰ ਕੀਤੇ, ਇਸੇ ਕਰਕੇ ਉਹਨਾਂ ਦੀ ਮਹਿਮਾ ਪੂਰੀ ਦੁਨੀਆ ਜਿੱਥੇ ਉਦਾਸੀ ਦੇ ਰਹੇ ਨੇ, ਔਰ ਇਹ ਬਾਬਾ ਸ੍ਰੀ ਚੰਦ ਜੀ ਦੇਣ ਹੈ। ਆਓ ਇਤਿਹਾਸ ਤੁਹਾਡੀ ਨਜ਼ਰ ਕਰਨ ਲੱਗੇ ਹਾਂ, ਉਸ ਵੇਲੇ ਦਾ 18ਵੀਂ ਸਦੀ ਦਾ, ਕਿਉਂਕਿ ਸਿੱਖਾਂ ਨੂੰ ਪੰਜਾਬ ਦੀ ਧਰਤੀ ਦੇ ਇੱਥੇ ਜੰਮਣ ਵਾਲਿਆਂ ਨੂੰ ਨਿੱਤੇ ਮੁਹਿੰਮਾਂ ਰਹਿੰਦੀਆਂ। ਇਹ ਉਹ ਪੰਜਾਬ ਦੀ ਧਰਤੀ ਹੈ ਗੁਰੂਆਂ ਦੀ, ਪੀਰਾਂ ਦੀ, ਪੈਗੰਬਰਾਂ ਦੀ, ਔਲੀਆਂ ਦੀ, ਮਹੰਤਾਂ ਦੀ, ਭਗਤਾਂ ਦੀ, ਸੂਰਵੀਰਾਂ ਦੀ, ਯੋਧਿਆਂ ਦੀ, ਇਨਕਲਾਬੀਆਂ ਦੀ, ਬੱਬਰਾਂ ਦੀ, ਇਹ ਧਰਤੀ ਹੈ। ਇੱਥੇ ਹਮੇਸ਼ਾ ਹੀ ਇਮਤਿਹਾਨ ਇਸ ਧਰਤੀ 'ਤੇ ਹੁੰਦੇ ਆਏ ਨੇ। ਆਪਣੀਆਂ ਮਨਵਿਰਤੀਆਂ ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ 'ਤੇ ਲੈ ਚੱਲੋ, ਅੰਮ੍ਰਿਤਸਰ ਦੀ ਧਰਤੀ, ਕਿਉਂਕਿ ਆ ਹੁਣ ਇਹ ਸ਼ਤਾਬਦੀ ਮਨਾਈ ਜਾ ਰਹੀ ਹੈ ਕੌਮ ਵੱਲੋਂ। ਬਾਬਾ ਅਮਰਦਾਸ ਜੀ ਦਾ ਜੋਤੀ ਜੋ ਸਮਾਉਣਾ ਅਤੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਗੱਦੀ ਦਿਵਸ, ਇਹ ਮਨਾ ਰਹੀ ਹੈ ਕੌਮ ਬੜੀ ਧੂਮਧਾਮ ਨਾਲ, ਬੜੀ ਚੜ੍ਹਦੀ ਕਲਾ ਨਾਲ। ਉਸ ਅੰਮ੍ਰਿਤਸਰ ਦੀ ਇੱਜ਼ਤ ਲਈ, ਆਬਰੂ ਲਈ ਸਾਡੇ ਅਨੇਕਾਂ ਸੂਰਵੀਰਾਂ ਨੇ ਕੁਰਬਾਨੀਆਂ ਕੀਤੀਆਂ ਨੇ। ਅੰਮ੍ਰਿਤਸਰ ਦੀ ਧਰਤੀ ਤੋਂ ਜਦੋਂ ਗੁਰੂ ਕਾ ਸਿੱਖ ਅਟਾਰੀ ਵਾਲੇ ਪਾਸੇ ਨੂੰ ਜਾਂਦਾ, ਬਾਰਡਰ ਵੱਲ ਨੂੰ, ਸਭ ਤੋਂ ਪਹਿਲਾਂ ਪਿੰਡ ਪੈਂਦਾ ਝਬਾਲ। ਇਹ ਝਬਾਲ ਪਿੰਡ ਇੱਥੋਂ ਦਾ ਚੌਧਰੀ ਲਗਾਹ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਅਨਿੰਨ ਸੇਵਕ, ਜਿਹਦੇ ਬਾਰੇ ਭਾਈ ਗੁਰਦਾਸ ਜੀ ਲਿਖਦੇ ਨੇ, ਪੱਟੀ ਅੰਦਰ ਚੌਧਰੀ ਢਿੱਲੋਂ ਲਾਲ ਲੰਗਾਹ ਸੁਹੰਦਾ। ਇਹ ਉਹੋ ਹੀ ਚਬਾਲ ਜਿੱਥੋਂ ਦੀ ਮਾਤਾ ਭਾਗ ਕੌਰ ਜੀ ਨੇ ਵੇਦਾਵੀਆਂ ਨੂੰ ਤਾਨੇ ਮਾਰੇ, ਆਖਿਆ ਕਿ ਚੂੜੀਆਂ ਪਾ ਲਓ, ਚੁੰਨੀਆਂ ਲੈ ਕੇ ਅੰਦਰ ਲੁਕ ਜਾਓ ਕੋਠੜੀਆਂ ਦੇ ਵਿੱਚ, ਕਿਤੇ ਮੌਤ ਤੁਹਾਨੂੰ ਸਿਆਣ ਨਾ ਲਵੇ। ਇਹ ਚਬਾਲ ਤੋਂ ਅੱਗੇ ਜਾਓਗੇ ਉਹ ਪਿੰਡ ਪੈਂਦਾ, ਪਹਿਲਾ ਪਿੰਡ ਚਬਾਲ ਤੋਂ, ਅਗਲਾ ਪਿੰਡ ਹੈਗਾ ਪੰਜਵੜ। ਪੰਜਵੜ ਦਾ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ, ਜਿਹੜਾ ਪਿਛਲੇ ਸਾਲ ਪਾਕਿਸਤਾਨ ਦੀ ਧਰਤੀ ਉੱਤੇ ਜਾਮੇ ਸ਼ਹਾਦਤ ਪੀ ਗਿਆ। ਉਸ ਤੋਂ ਅੱਗੇ ਨਗਰ ਪੈਂਦਾ ਬੂਹ। ਇਹ ਬੂਹ ਉਸ ਮਹਾਂਪੁਰਸ਼ ਦੀ ਯਾਦ ਆਉਂਦਾ, ਬਾਬਾ ਵੀਰ ਸਿੰਘ ਜੀ
ਨਰੰਗਾ ਵਾਲੀਏ ਜਿਨ੍ਹਾਂ ਨੇ 365 ਗੁਰੂ ਘਰਾਂ ਦੀਆਂ ਇਮਾਰਤਾਂ ਬਣਾਈਆਂ ਔਰ ਕਾਰ ਸੇਵਾ ਕਰਵਾਈ ਔਰ ਲੋਕਾਂ ਨੂੰ ਲੰਗਰ ਦੀ ਪ੍ਰਥਾ ਦੇ ਨਾਲ ਜੋੜਿਆ। ਬਾਬਾ ਵੀਰ ਸਿੰਘ ਤੋਂ ਬਾਅਦ ਅਗਲਾ ਪਿੰਡ ਪੈਂਦਾ ਹੈ ਸੁਰ ਸਿੰਘ। ਇਹ ਸੁਰ ਸਿੰਘ ਨਗਰ ਦਾ ਸੰਬੰਧ ਇੱਕ ਤਾਂ ਮੇਰੀ ਸ਼੍ਰੇਣੀ ਨਾਲ ਹੈ, ਢਾਡੀਆਂ ਨਾਲ, ਭਾਈ ਨੱਥਾ ਤੇ ਅਬਦੁੱਲਾ ਇਹ ਸੁਰ ਸਿੰਘ ਨਗਰ ਦੇ ਸੀ। ਦੂਜਾ ਬਹਾਦਰ ਵਿਧੀ ਚੰਦ ਸੀਨਾ ਗੁਰੂ ਕਾ ਸੀਨਾ ਇਸੇ ਸੁਰ ਸਿੰਘ ਨਗਰ ਦਾ ਸੀ। ਅਗਲਾ ਪਿੰਡ ਪੈਂਦਾ ਹੈ ਸਿੰਘਪੁਰਾ। ਇਹ ਸਿੰਘਪੁਰੇ ਪਿੰਡ ਦੀ ਮਹਾਨ ਸ਼ਖਸੀਅਤ ਹੋਈ ਹੈ ਜਿਹਦਾ ਨਾਂ ਹੈ ਨਵਾਬ ਕਪੂਰ ਸਿੰਘ ਵਿਰਕ, ਜਿਹਨੇ ਨਵਾਬੀ ਆਈ ਜੁੱਤੀ ਦੀ ਨੋਕ ਨਾਲ ਠੁਕਰਾ ਦਿੱਤੀ। ਅੱਜ ਕੱਲ੍ਹ ਦੇ ਆਗੂਆਂ ਵਾਂਗ ਨਹੀਂ, ਥੋੜ੍ਹਾ ਜਿਹਾ ਲਾਲਚ ਦਿੱਤਾ ਟਪੂਸੀ ਮਾਰੀ ਉੱਧਰ ਟਪੂਸੀ ਮਾਰੀ ਉੱਧਰ, ਜੁੱਤੀ ਦੀ ਨੋਕ ਨਾਲ ਨਵਾਬ ਕਪੂਰ ਸਿੰਘ ਨੇ ਨਵਾਬੀ ਠੁਕਰਾ ਦਿੱਤੀ। ਉਸ ਤੋਂ ਅੱਗੇ ਜਾਈਏ ਪਿੰਡ ਪੈਂਦਾ ਪਹੁ ਪਿੰਡ। ਇਹ ਪਹੁ ਪਿੰਡ ਉਸ ਜੋਧੇ ਦਾ ਪਿੰਡ ਹੈ ਗੁਰੂ ਰਾਮਦਾਸ ਦੇ ਚਰਨਾਂ 'ਚ ਕੋਈ ਪਤਾਸਿਆਂ ਦਾ ਪ੍ਰਸ਼ਾਦ ਚੜ੍ਹਾਉਂਦਾ ਹੈ, ਕੋਈ ਫੁੱਲੀਆਂ ਦਾ ਪ੍ਰਸ਼ਾਦ ਚੜ੍ਹਾਉਂਦਾ ਹੈ, ਕੋਈ ਵਸਤਰਾਂ ਦਾ, ਕੋਈ ਸੋਨੇ ਦਾ, ਕੋਈ ਚਾਂਦੀ ਦਾ। ਇਹਨੇ ਆਖਿਆ ਸੀ ਮਰਦ ਨੇ, ਮੈਂ ਗੁਰੂ ਰਾਮਦਾਸ ਤੇਰੇ ਚਰਨਾਂ 'ਚ ਸੀਸ ਦਾ ਚੜ੍ਹਾਵਾ ਚੜ੍ਹਾਵਾਂਗਾ। ਬਾਬਾ ਦੀਪ ਸਿੰਘ ਦਾ ਪਿੰਡ ਪਹੁ ਪਿੰਡ। ਉਸ ਤੋਂ ਅਗਲਾ ਪਿੰਡ ਪੈਂਦਾ ਹੈ ਡਲਵਾਂ, ਤਾਰਾ ਸਿੰਘ ਵਾਂ ਦਾ ਪਿੰਡ। ਉਸ ਤੋਂ ਅੱਗੇ ਜਿਹਦਾ ਇਤਿਹਾਸ ਮੈਂ ਤੁਹਾਡੀ ਅੱਜ ਨਜ਼ਰ ਕਰਨਾ, ਨਗਰ ਪੈਂਦਾ ਹੈ ਪੂਲਾ। ਇਹ ਪੂਲਾ ਨਗਰ ਜਿਹਦਾ ਜ਼ਿਕਰ ਹਰ ਰੋਜ਼ ਇਤਿਹਾਸ ਵਿੱਚ ਆਪਾਂ ਜ਼ਿਕਰ ਕਰਦੇ ਹਾਂ, ਜਿਨ੍ਹਾਂ ਆਪਣੇ ਖੋਪਰ ਕੇਸਾਂ ਸਮੇਤ ਲੁਹਾਏ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ, ਵਾਹਿਗੁਰੂ ਜੀ। ਭਾਈ ਤਾਰੂ ਸਿੰਘ, ਭਾਈ ਤਾਰੂ ਸਿੰਘ ਦਾ ਪਿਤਾ ਯੋਧ ਸਿੰਘ ਜੰਗ ਵਿੱਚ ਲੜਦਿਆਂ ਸ਼ਹੀਦੀ ਪ੍ਰਾਪਤ ਕਰ ਚੁੱਕੇ। ਇਹਦੀ ਵਿਧਵਾ ਮਾਤਾ ਨੇ ਭਾਈ ਤਾਰੂ ਸਿੰਘ ਨੂੰ ਬੜੇ ਔਖੇ ਵੇਲਿਆਂ 'ਚੋਂ ਪਾਲਿਆ, ਔਖੇ ਸਮੇਂ 'ਚੋਂ ਲੰਘ ਕੇ ਪਾਲਿਆ। ਇੱਕ ਇਹਦੀ ਭੈਣ ਹੈ ਤਾਰੋ, ਇੱਕ ਇਹਦੀ ਮਾਂ, ਤਿੰਨਾਂ ਜੀਆਂ ਦਾ ਪਰਿਵਾਰ ਪੂਲੇ ਪਿੰਡ 'ਚ ਰਹਿ ਰਿਹਾ। ਭਾਈ ਤਾਰੂ ਸਿੰਘ ਕਿਰਤੀ ਹੈ, ਭਾਈ ਤਾਰੂ ਸਿੰਘ ਗੁਰਸਿੱਖ ਗੁਰਸਿੱਖੀ ਵਿੱਚ ਪਰਪੱਕ ਹੈ, ਭਾਈ ਤਾਰੂ ਸਿੰਘ ਨਿਤਨੇਮੀ ਹੈ, ਭਾਈ ਤਾਰੂ ਸਿੰਘ ਆਪਣੇ ਅੰਦਰ ਦਇਆ ਰੱਖਦਾ ਹੈ, ਭਾਈ ਤਾਰੂ ਸਿੰਘ ਲੋੜਵੰਦਾਂ ਦੇ ਕੰਮ ਆਉਂਦਾ ਹੈ। ਭਾਈ ਤਾਰੂ ਸਿੰਘ ਦਾ ਮਾਣ ਸਨਮਾਨ ਸਤਿਕਾਰ ਜਿਵੇਂ ਇਲਾਕੇ ਵਿੱਚ ਹੋ ਰਿਹਾ, ਬੜੀਆਂ ਖੂਬਸੂਰਤ ਲਾਈਨਾਂ ਕਵੀ ਨੇ ਕਲਮਲ ਕੀਤੀਆਂ ਨੇ ਤੁਹਾਡੇ ਸਾਹਮਣੇ, ਤਾਂ ਫਤਿਹਗੜ੍ਹ ਸਾਹਿਬ ਵਾਲੇ ਦਾ ਟੱਡ ਜਿੱਥਾ ਗਾ ਕੇ ਭਾਈ ਤਾਰੂ ਸਿੰਘ ਦੀ ਸ਼ੋਭਾ ਹੇ Thank you.
ਸਿੰਘ ਹਾਂ ਕਰਦੇ ਨੇ ਲੋਕ ਪਿਆਰ ਤਾਰੂ ਸਿੰਘ ਦਾ ਜੱਗ ਉੱਤੇ ਬੜਾ ਸਤਿਕਾਰ ਤਾਰੂ ਸਿੰਘ ਦਾ ਜੱਗ ਉੱਤੇ ਬੜਾ ਸਤਿਕਾਰ ਤਾਰੂ ਸਿੰਘ ਦਾ ਚਿਤ ਗੁਰਬਾਣੀ ਵਿੱਚ ਲਾ ਲਿਆ ਮੁੱਢ ਤੋਂ ਹੀ ਚਿਤ ਗੁਰਬਾਣੀ ਵਿੱਚ ਲਾ ਲਿਆ ਉੱਚਾ ਸੁੱਚਾ ਹੋਇਆ ਕਿਰਦਾਰ ਤਾਰੂ ਸਿੰਘ ਦਾ ਜੱਗ ਉੱਤੇ ਬੜਾ ਸਤਿਕਾਰ ਤਾਰੂ ਸਿੰਘ ਦਾ ਜੱਗ ਉੱਤੇ ਬੜਾ ਸਤਿਕਾਰ ਤਾਰੂ ਸਿੰਘ ਦਾ Thank you.
ਕਦੋਂ ਮੈਨੂੰ ਹਰ ਥਾਂ ਉਡੀਕਾਂ ਹੋਣ ਲੱਗੀਆਂ, ਕਦੋਂ ਮੈਨੂੰ ਹਰ ਥਾਂ ਉਡੀਕਾਂ ਹੋਣ ਲੱਗੀਆਂ। ਕਰਦੀ ਵਿਰੋਧ ਸਰਦਾਰ ਤਾਰੂ ਸਿੰਘ ਦਾ, ਜਾਗੀ ਉੱਤੇ ਬੜਾ ਸਤਿਕਾਰ ਤਾਰੂ ਸਿੰਘ ਦਾ, ਜਾਗੀ ਉੱਤੇ ਬੜਾ ਸਤਿਕਾਰ ਤਾਰੂ ਸਿੰਘ ਦਾ। ਡਾਕਟਰ ਇਕਬਾਲ ਮਹਾਨ ਸ਼ਾਇਰ ਹੋਇਆ, ਉਹਨੇ ਬੜੀ ਕਮਾਲ ਦੀ ਗੱਲ ਲਿਖੀ ਹੈ। ਉਹ ਕਹਿੰਦਾ, ਦਰਦੇ ਦਿਲ ਪਾਸੇ ਵਫਾ, ਜਜ਼ਬਾ ਇਮਾਂ ਹੋਣਾ, ਜਹੀ ਹੈ ਆਦਮੀਅਤ, ਜਹੀ ਹੈ ਇਨਸਾਫ਼। ਇੱਕ ਪੰਜਾਬੀ ਦਾ ਸ਼ਾਇਰ ਕਹਿੰਦਾ, ਚੰਗੇ ਬੰਦਿਆਂ ਦੇ ਚੰਗੇ ਕੰਮ ਹੁੰਦੇ, ਮਹਾਂਪੁਰਸ਼ਾਂ ਦੇ ਅਸਲ ਵਿਚਾਰ ਸਮਝੋ, ਆਉਣਾ ਚਾਹੀਦਾ ਕੰਮ ਦੂਜਿਆਂ ਦੇ, ਇਸੇ ਗੱਲ ਨੂੰ ਪਰਉਪਕਾਰ ਸਮਝੋ। ਜੇਕਰ ਚਾਹੁੰਦੇ ਹੋ ਜੱਗ ਵਿੱਚ ਖੱਟਣਾ ਕੁਝ, ਆਪਣੇ ਆਪ ਨੂੰ ਸੇਵਾ ਦਾਰ ਸਮਝੋ।
ਹਰੀ ਨਹੀਂ ਜੇ ਕਿਸੇ ਦੇ ਕੰਮ ਆਉਣਾ ਆਪਣੇ ਆਪ ਨੂੰ ਧਰਤੀ ਤੇ ਭਾਰ ਸਮਝੋ। ਨਿਰੀ ਲਾਸ਼ ਤੁਰੀ ਫਿਰਦੀ ਹੈ ਜੇ ਕਿਸੇ ਦੇ ਕੰਮ ਇਹ ਸਰੀਰ ਨਹੀਂ ਆਉਂਦਾ। ਪਰਉਪਕਾਰੀ ਹਮੇਸ਼ਾ ਜੱਗ ਤੇ ਜਿਉਂਦੇ। ਗੁਰਬਾਣੀ ਨੇ ਫੈਸਲਾ ਦੇ ਦਿੱਤਾ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰਉਪਕਾਰੀ ਆਏ। ਬਾਬਾ ਸ੍ਰੀ ਚੰਦ ਜੀ ਜਿਨ੍ਹਾਂ ਦੀ ਅੱਜ ਆਪਾਂ ਇਸ ਅਸਥਾਨ ਤੇ ਬੈਠੇ ਹਾਂ ਨਾ, ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ 23ਵੀਂ ਅਸ਼ਟਪਦੀ ਦੇ ਵਿੱਚ ਲਾਸਟ ਦੇ ਵਿੱਚ ਫਰਮਾਨ ਕਰਦੇ ਨੇ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾਇ ਹੈ ਸੋ ਆਓ ਜਨ ਕੈ ਸੰਗ ਚਿਤ ਆਵੈ ਨਾਉ। ਉਹਨਾਂ ਦਾ ਸਾਡਾ ਨਹੀਂ, ਸਾਡੇ ਵਰਗੇ ਲੱਖਾਂ ਜੰਮਦੇ ਨੇ ਲੱਖਾਂ ਮਰਦੇ ਨੇ ਕੋਈ ਯਾਦ ਨਹੀਂ ਮਨਾਉਂਦਾ, ਕਿਸੇ ਦੀ ਯਾਦ ਵਿੱਚ ਲੰਗਰ ਨਹੀਂ ਲੱਗਦੇ, ਕਿਸੇ ਦੀ ਯਾਦ ਵਿੱਚ ਦੀਵਾਨ ਨਹੀਂ ਸਜਦੇ। ਸਦੀਆਂ ਬੀਤ ਗਈਆਂ, ਬਾਬਾ ਸ੍ਰੀ ਚੰਦ ਜੀ ਦੀ ਯਾਦ ਨੂੰ ਉਹਨਾਂ ਦੀ ਫੁਲਵਾਰੀ ਉਹਨਾਂ ਦੇ ਪੈਰੋਕਾਰ ਸੇਵਾਦਾਰ ਬੜੀ ਧੂਮ ਧਾਮ ਨਾਲ ਮਨਾਉਂਦੇ ਨੇ। ਬਾਹੂ ਜੀ ਨੇ ਵਾਹ ਕਮਾਲ ਲਿਖਿਆ, ਆਉਣਾ ਸਫਲ ਤਿੰਨਾਂ ਦਾ ਬਾਹੂ ਕਬਰ ਜਿਨ੍ਹਾਂ ਦੀ ਜੀਵੇ ਹੂ, ਜਿਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਵੀ ਮੇਲੇ ਲੱਗਣ ਦੁਆਵਾਂ ਕਬੂਲ ਹੋਣ ਉਹਨਾਂ ਦਾ ਆਉਣਾ ਵੀ ਸਫਲ ਉਹਨਾਂ ਦਾ ਜਾਣਾ ਵੀ ਸਫਲ। ਬਾਬਾ ਸ੍ਰੀ ਚੰਦ ਜੀ ਝੋਲੀਆਂ ਭਰਨ, ਬੇਅੰਤ ਸੰਗਤਾਂ ਵੱਲੋਂ ਪਿਆਰ ਭੇਜਿਆ ਜਾ ਰਿਹਾ, ਧੰਨਵਾਦ ਕਰਦਾ। ਚੰਗੇ ਬੰਦਿਆਂ ਨੂੰ ਹਮੇਸ਼ਾ ਸੰਸਾਰ ਦੇ ਵਿੱਚ ਮਾਣ ਮਿਲਦਾ, ਪਰ ਬਹੁ ਗਿਣਤੀ ਚੰਗਿਆਂ ਨੂੰ ਪਸੰਦ ਨਹੀਂ ਕਰਦੀ। ਜਿੰਨਾ ਵਿਰੋਧ ਚੰਗਿਆਂ ਦਾ ਹੁੰਦਾ ਇੰਨਾ ਮਾੜੇ ਦਾ ਵਿਰੋਧ ਨਹੀਂ ਕੀਤਾ ਜਾਂਦਾ, ਜਿੰਨਾ ਵਿਰੋਧ ਪੁੰਨ ਕਰਨ ਵਾਲੇ ਦਾ ਕੀਤਾ ਜਾਂਦਾ ਇੰਨਾ ਪਾਪੀ ਦਾ ਵਿਰੋਧ ਨਹੀਂ ਕੀਤਾ ਜਾਂਦਾ, ਔਰ ਜਿੰਨਾ ਵਿਰੋਧ ਜਮਾਨਾ ਚੜ੍ਹਦੀ ਕਲਾ ਵਾਲੇ ਦਾ ਕਰਦਾ ਇੰਨਾ ਢਹਿੰਦੀ ਕਲਾ ਵਾਲੇ ਦਾ ਵਿਰੋਧ ਜਮਾਨਾ ਨਹੀਂ ਕਰਦਾ। ਇੱਕ ਅਦੀਬ ਦੇ ਬੋਲ ਨੇ, ਸੂਰਜ ਚੜਿਆ ਵੇਖ ਕੇ ਉੱਲੂ ਘਬਰਾਵੇ, ਮੈਲੇ ਦੀਆਂ ਮੱਖੀਆਂ ਸੁਗੰਧ ਨਾ ਭਾਵੇ, ਭਲੇ ਪੁਰਸ਼ ਨੂੰ ਵੇਖ ਕੇ ਪਾਪੀ ਸ਼ਰਮਾਵੇ, ਵੈਰ ਕਰੇ ਨਿਰਵੈਰ ਨਾਲ ਉਹ ਨਰਕੀ ਜਾਵੇ। ਨਰਕ ਵੀ ਨਹੀਂ ਝੱਲਦੇ ਜਿਹੜਾ ਨਿਰਵੈਰ ਬੰਦੇ ਨਾਲ ਵੈਰ ਕਰਦਾ। ਚੰਗਿਆਈ ਹਮੇਸ਼ਾ ਕਾਇਮ ਰਹਿੰਦੀ ਹੈ। ਭਾਈ ਤਾਰੂ ਸਿੰਘ ਦੀ ਚਰਚਾ ਚਾਰੇ ਪਾਸੇ ਹੋਈ ਹੈ। ਇੱਕ ਉਸ ਵੇਲੇ ਇੱਕ ਭਾਣਾ ਵਾਪਰ ਗਿਆ, ਇੱਕ ਘਟਨਾ ਵਾਪਰ ਗਈ। ਤਰਨ ਤਾਰਨ ਦੇ ਲਾਗੇ ਪੱਟੀ ਸ਼ਹਿਰ ਹੈ। ਇਹ ਪੱਟੀ ਸ਼ਹਿਰ ਇਹਨੂੰ ਕਦੇ ਨੌ ਲੱਖੀ ਪੱਟੀ ਵੀ ਕਿਹਾ ਜਾਂਦਾ ਸੀ, ਕਿਉਂਕਿ ਇੱਥੇ ਦੇ ਤਿੰਨ ਗੋਤ, ਵੈਸੇ ਖਾਲਸਾ ਸਿੱਖ ਗੋਤ ਨਹੀਂ ਮੰਨਦਾ, ਪਰ ਗੋਤਾਂ ਵਿੱਚੋਂ ਬਾਹਰ ਵੀ ਨਹੀਂ ਨਿਕਲੇ ਅਸੀਂ, ਗੋਤ ਮੰਨਦਾ ਨਹੀਂ ਪਰ ਬਾਹਰ ਵੀ ਨਹੀਂ ਨਿਕਲੇ। ਇੱਥੋਂ ਦੇ ਗੋਤ ਪੰਨੂ ਸੰਧੂ ਤੇ ਢਿੱਲੋਂ, ਤਿੰਨ ਗੋਤ ਇਹ ਪੱਟੀ ਸ਼ਹਿਰ ਵਿੱਚੋਂ ਨਿਕਲੇ। ਇੱਥੋਂ ਦੇ ਤਿੰਨ ਚੌਧਰੀ ਜਿਨ੍ਹਾਂ ਨੂੰ ਤਿੰਨ ਤਿੰਨ ਲੱਖ ਦੀ ਜਗੀਰ ਮਿਲਦੀ ਸੀ, ਨੌ ਲੱਖੀ ਪੱਟੀ ਵੀ ਕਿਹਾ ਜਾਂਦਾ ਸੀ ਇਸ ਨੂੰ। ਕਦੇ ਇੱਕ ਪੱਟੀ ਹੋਰ ਹੈ, ਉਹਦਾ ਅੱਜ ਨਾਂ ਬਦਲ ਗਿਆ। ਹੁਣ ਤੁਸੀਂ ਕਹੋਗੇ ਉਹ ਪੱਟੀ ਕਿੱਥੇ ਹੈ, ਉਹ ਤਾਂ ਅਸੀਂ ਕਦੇ ਸੁਣੀ ਨਹੀਂ, ਕਦੇ ਵੇਖੀ ਨਹੀਂ।
ਜਿਹੜੀ ਪਟਿਆਲੇ ਦੀ ਰਿਆਸਤ ਹੈ ਇਹਦਾ ਵੀ ਪਹਿਲਾਂ ਨਾਂ ਪੱਟੀ ਸੀ। ਪਟਿਆਲੇ ਦਾ ਨਾਂ ਪਹਿਲਾਂ ਪੱਟੀ ਸੀ। ਬਾਬਾ ਆਲਾ ਸਿੰਘ ਜੀ ਦਾ ਨਾਂ ਜੁੜਨ ਕਰਕੇ ਇਹਨੂੰ ਪੱਟੀ ਆਲਾ ਕਿਹਾ ਜਾਣ ਲੱਗ ਪਿਆ ਤੇ ਅੱਜ ਕੱਲ੍ਹ ਪਟਿਆਲਾ ਬਣ ਗਿਆ। ਆਪਾਂ ਸਿੱਧੇ ਹੀ ਨਾਂ ਲੈਣ ਲੱਗ ਪੈਂਦੇ। ਇਹ ਉਹ ਪੱਟੀ, ਇਹ ਪੱਟੀ ਸ਼ਹਿਰ, ਇੱਥੇ ਦਾ ਚੌਧਰੀ, ਇੱਥੇ ਦਾ ਨਵਾਬ ਜਫਰ ਬੇਗ, ਇਹਦੀ ਉਮਰ 70 ਸਾਲ ਹੈ। ਇੱਥੇ ਇੱਕ ਗਰੀਬ ਮਾਛੀ ਹੈ, ਗਰੀਬ ਮਾਛੀ ਮਲਾਹ ਮੱਛੀਆਂ ਫੜਨ ਵਾਲਾ। ਇਹ ਗਰੀਬ ਮਾਛੀ ਦੀ ਇੱਕ ਧੀ ਹੈ, ਧੀ 18 ਸਾਲ ਦੀ ਧੀ, ਬੜੀ ਸੁੰਦਰ, ਬੜੀ ਖੂਬਸੂਰਤ। ਰੱਬ ਨੇ ਸੱਚ ਜਾਣੋ ਦੁਨੀਆਂ ਭਰ ਦਾ ਹੁਸਨ ਇਸ ਗਰੀਬ ਮਾਛੀ ਦੀ ਧੀ ਨੂੰ ਦੇ ਦਿੱਤਾ। ਮੈਂ ਅਰਦਾਸ ਕਰਦਾ ਬਾਬਾ ਜੀ ਜਿਹਨੂੰ ਧੀਆਂ ਦੇਂਦੇ ਉਹਨਾਂ ਨੂੰ ਧਨ ਵੀ ਦੇ ਦਿਆ ਕਰ। ਆ ਕੱਲ੍ਹ ਦੀ ਘਟਨਾ ਹੈ, ਇੱਧਰ ਬਰਨਾਲੇ ਦੇ ਲਾਗੇ ਦੀਵਾਨਿਆਂ ਕੋਲ ਇੱਕ ਪਿੰਡ ਹੈ, ਉੱਥੋਂ ਇੱਕ ਲੜਕੀ ਜਿਹਨੇ ਬਾਹਰ ਜਾਣ ਵਾਸਤੇ ਵਿਆਹ ਕਰਵਾਇਆ ਸੀ, ਮਾਪਿਆਂ ਨੇ ਪੈਸੇ ਵੀ ਖਰਚ ਕੀਤੇ। ਇਹ ਮੇਰੇ ਸਾਥੀ ਲੱਖੇ ਉਹਨਾਂ ਦੇ ਪਿੰਡ ਦੀ ਲੜਕੀ ਹੈ, ਔਰ ਉਸ ਨੂੰ ਹਾਲੇ ਮੇਰਾ ਖਿਆਲ ਹੈ ਵੀ ਮਹੀਨਾ ਪੂਰਾ ਨਹੀਂ ਹੋਇਆ, ਪੂਰਾ ਮਹੀਨਾ ਨਹੀਂ ਹੋਇਆ, 24 ਦਿਨ ਹੋਏ ਨੇ। 24 ਦਿਨ ਉਹਨੂੰ ਪੇਚਕਸ ਮਾਰ ਮਾਰ ਕੇ ਉਹਨੂੰ ਕਤਲ ਕਰ ਦਿੱਤਾ, ਕਤਲ ਕਰ ਦਿੱਤਾ। ਵੀਜ਼ਾ ਲੱਗਿਆ ਹੋਇਆ ਸੀ, ਬਾਹਰ ਜਾਣਾ ਸੀ ਉਹਨੇ, ਪਰ ਇਹ ਮਾਇਆ ਦੇ ਕਾਰਨ। ਅਰਦਾਸ ਹੈ ਮਾਲਕ ਜਿਹਨੂੰ ਤੂੰ ਧੀ ਦੇਣਾ ਉਹਨੂੰ ਧਨ ਵੀ ਇੰਨਾ ਦੇਈ ਤਾਂ ਕਿ ਉਹ ਅਣਖ ਨਾਲ ਗੈਰਤ ਨਾਲ ਆਪਣਾ ਸਿਰ ਸਮਾਜ ਵਿੱਚ ਉੱਚਾ ਕਰ ਸਕੇ। ਇਹਦੀ ਧੀ ਜਦੋਂ ਜਵਾਨ ਹੋਈ ਮਾਛੀ ਦੀ, ਹੁਣ ਜਫਰ ਬੇਗ ਉਹਨੇ ਆਪਣੇ ਦੋ ਪਿਆਦੇ ਭੇਜੇ ਇਸ ਮਾਛੀ ਕੋਲ, ਕਹਿੰਦਾ ਵੀ ਉਹਨੂੰ ਕਹਿ ਦਿਓ ਵੀ ਨਵਾਬ ਪੱਟੀ ਸ਼ਹਿਰ ਦਾ ਤੁਹਾਡੀ ਧੀ ਜਿਹਦਾ ਨਾਂ ਸਲਮਾ ਹੈ ਉਹਦੇ ਨਾਲ ਨਿਕਾਹ ਕਰਨਾ ਚਾਹੁੰਦਾ ਨਿਕਾਹ। ਜਦੋਂ ਧੀ ਨੇ ਗੱਲ ਸੁਣੀ, 70 ਸਾਲ ਦਾ ਬੁੱਢਾ ਮੇਰੇ ਨਾਲ ਨਿਕਾਹ ਕਰਨਾ ਚਾਹੁੰਦਾ, ਉਹ ਆਪਣੇ ਪਿਤਾ ਬੁੱਢੇ ਬਾਪ ਮਾਛੀ ਦੇ ਚਰਨਾਂ 'ਤੇ ਟੈ ਪਈ। ਬਾਪੂ ਵੇਖੀ ਕਿਤੇ ਇਹ ਕਹਿਰ ਨਾ ਗੁਜ਼ਾਰ ਦੇਈ, ਇਹ ਲੋੜਾ ਨਾ ਮਾਰ ਦੇਈ, ਮੈਂ ਤੇਰੇ ਦਰ 'ਤੇ ਬੈਠ ਕੇ ਭੁੱਖੀ ਗੁਜ਼ਾਰਾ ਕਰ ਲਵਾਂਗੀ, ਮੈਂ ਪਾਟੇ ਲੀੜਿਆਂ ਵਿੱਚ ਆਪਣਾ ਜੀਵਨ ਨਿਰਵਾਹ ਕਰ ਲਵਾਂਗੀ, ਮੈਂ ਤੇਰੀ ਇੱਜ਼ਤ ਅਣਖ ਨੂੰ ਦਾਗ ਨਹੀਂ ਲੱਗਣ ਦਿਆਂਗੀ, ਮੈਨੂੰ ਉਸ ਬੁੱਢੜੇ ਦੇ ਕਿਤੇ ਲੜ ਨਾ ਲਾ ਦੇ, ਮੇਰੇ ਜੀਵਨ ਨੂੰ ਨਰਕ ਨਾ ਬਣਾ ਦੇਈ। ਗਰੀਬ ਮਾਛੀ ਨੇ ਆਪਣੀ ਧੀ ਨੂੰ ਗਲਵੱਕੜੀ 'ਚ ਲਿਆ ਔਰ ਅੱਖਾਂ ਦੇ ਵਿੱਚੋਂ ਹੰਝੂ ਰੋਕ ਕੇ ਸਾਫ਼ ਕਰਦਿਆਂ ਉਹਨਾਂ ਨੂੰ ਆਖਿਆ ਪਿਆਦਿਆਂ ਨੂੰ ਕਿ ਜਾਓ ਜਫਰ ਬੇਗ ਨੂੰ ਕਹਿ ਦਿਓ ਕਿ ਮਾਛੀ ਦਾ ਜਵਾਬ ਹੈ ਉਹ ਆਪਣੀ ਧੀ ਬੁੱਢੜੇ ਨਾਲ ਨਹੀਂ ਵਿਆਹੇਗਾ। ਇਹ ਜਵਾਬ ਜਦੋਂ ਉਸ ਜਫਰ ਬੇਗ ਨੇ ਸੁਣਿਆ, ਹੁਣ ਨਵਾਬ ਸੀ, ਤਾਕਤ ਸੀ, ਜਿਸ ਹੱਥ ਜੋਰ ਕਰ ਵੇਖਿਆ ਸੋਏ, ਉਹ ਆਇਆ ਜਫਰ ਬੇਗ ਇਸ ਮਾਛੀ ਗਰੀਬ ਦੀ ਧੀ ਰਹੀਮ ਬਖਸ਼ ਦੀ ਧੀ ਜ਼ਬਰਦਸਤੀ ਇਹ ਚੁੱਕ ਕੇ ਆਪਣੇ ਮਹਿਲ ਵਿੱਚ ਲੈ ਗਏ। ਉਸ ਗਰੀਬ ਨੇ ਬੜੇ ਹਾਰੇ ਕੱਢੇ, ਜਥੇਦਾਰ ਸਤਨਾਮ ਸਿੰਘ ਜੀ ਸੰਘਾ ਬਾਬਾ ਜੀ ਵੱਲੋਂ 50 ਰੁਪਏ, ਸਰੰਗੀ ਮਾਸਟਰ
ਲਖਵਿੰਦਰ ਸਿੰਘ ਜੀ ਸਾਜਨ ਕੈਨੇਡਾ ਦੇ ਪਰਿਵਾਰ ਵੱਲੋਂ 100 ਰੁਪਇਆ ਮਾਇਆ ਹਾਜ਼ਰ ਕੀਤੀ ਗਈ ਹੈ। ਧੰਨਵਾਦ ਕਰਦੇ ਹਾਂ, ਮੇਰਾ ਗੁਰਦੇਵ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਮੈਂ ਅਰਜ਼ ਲੱਗਾ ਸਾਂ ਕਰਨ ਰਹੀਮ ਬਖਸ਼ ਨੇ ਇਸ ਜਫਰ ਬੇਗ ਦੇ ਪੈਰ ਫੜੇ, ਲੇਕਿਨ ਇਹਨੂੰ ਪਰੇ ਠੁਕਰਾ ਦਿੱਤਾ ਗਿਆ। ਉਸ ਤੋਂ ਬਾਅਦ ਇਹਨੇ ਪਿੰਡ ਦੇ ਮੋਤਵਰ ਬੰਦਿਆਂ ਕੋਲ ਆਪਣੀ ਗੱਲ ਆਖੀ, ਨੰਬਰਦਾਰਾਂ ਕੋਲ, ਸਿਰ ਕੱਢ ਬੰਦਿਆਂ ਕੋਲ ਗਿਆ, ਪਰ ਗਰੀਬ ਦੀ ਕਿਸੇ ਨੇ ਬਾਹ ਨਾ ਫੜੀ। ਆਖਰ ਇਹਨੇ ਸੋਚਿਆ ਮੈਂ ਇਹਦੀ ਸ਼ਿਕਾਇਤ ਲਾਹੌਰ ਨੈਬ ਸੂਬੇਦਾਰ ਮੋਮਨ ਖਾਂ ਕੋਲ ਕਰਾਂਗਾ। ਇਹ ਮੋਮਨ ਖਾਂ ਕੋਲ ਪਹੁੰਚਿਆ ਔਰ ਮੋਮਨ ਖਾਂ ਕੋਲ ਜਦੋਂ ਇਹਨੇ ਸ਼ਿਕਾਇਤ ਕੀਤੀ, ਉਹਨੇ ਇੱਧਰ ਨੂੰ ਸੁਣੀ, ਇੱਧਰ ਨੂੰ ਕੱਢ ਦਿੱਤੀ। ਸਰਕਾਰਾਂ ਕਦੇ ਆਪਣੇ ਬੰਦਿਆਂ ਦੇ ਖਿਲਾਫ ਕਦਮ ਨਹੀਂ ਚੁੱਕਦੀਆਂ ਹੁੰਦੀਆਂ। ਖੈਰ ਇਹਨੇ ਜਕਰੀਏ ਕੋਲ ਸ਼ਿਕਾਇਤ ਕੀਤੀ, ਜਕਰੀਏ ਨੇ ਵੀ ਜਦੋਂ ਇਹਦੀ ਗੱਲ ਨਾ ਸੁਣੀ। ਹੁਣ ਕੀ ਮਰਦਾ ਕੀ ਨਹੀਂ ਕਰਦਾ, ਰਹੀਮ ਬਖਸ਼ ਭੁੱਖਣ ਭਾਣਾ ਲਾਹੌਰੋਂ ਤੁਰਿਆ, ਜਦੋਂ ਪੂਲੇ ਪਿੰਡ ਕੋਲ ਪਹੁੰਚਿਆ ਇਹਨੂੰ ਸ਼ਾਮਾਂ ਪੈ ਗਈ। ਇਹ ਸੋਚਦਾ ਕਿਤੇ ਮੈਨੂੰ ਰਹਿਣ ਬਸੇਰਾ ਮਿਲ ਜਾਏ, ਕਿਤੇ ਮੈਨੂੰ ਦੋ ਫੁਲਕੇ ਮਿਲ ਜਾਣ, ਆਂਦਰਾਂ ਦੀ ਪਿਆਸ ਢਿੱਡ ਤਾਂ ਰੋਟੀ ਮੰਗਦਾ। ਲੇਕਿਨ ਇਹ ਭੁੱਖਣ ਭਾਣਾ ਜਦੋਂ ਉੱਥੇ ਖੜੋਤਾ, ਇਹਦੇ ਪੂਲੇ ਪਿੰਡ ਦਾ ਇੱਕ ਸੱਜਣ ਆਇਆ, ਉਹਨੂੰ ਪੁੱਛਦਾ ਸੱਜਣਾ ਮੈਂ ਇੱਥੇ ਰਾਤ ਰਹਿਣੀ ਚਾਹੁੰਦਾ, ਮੈਨੂੰ ਇੱਥੇ ਮੰਜਾ ਬਿਸਤਰਾ ਮਿਲ ਜਾਏਗਾ, ਰਹਿਣ ਵਾਸਤੇ ਥਾਂ ਮਿਲ ਜਾਏਗੀ। ਇਹ ਗੱਲਾਂ ਹੋ ਰਹੀਆਂ ਸਨ, ਭਾਈ ਤਾਰੂ ਸਿੰਘ ਖੇਤਾਂ ਵਿੱਚੋਂ ਆ ਰਿਹਾ ਸੀ, ਉਹਨੇ ਗੱਲ ਸੁਣੀ ਇਸ ਬੁੱਢੇ ਮਾਛੀ ਦੀ। ਕਹਿਣ ਲੱਗਾ ਬਾਪੂ ਕੀ ਗੱਲ? ਕਹਿਣ ਲੱਗਾ ਮੈਂ ਬੱਕਰ ਦਾ ਮਾਰਿਆ, ਮੇਰੇ ਨਾਲ ਬਹੁਤ ਵੱਡਾ ਧੱਕਾ ਹੋਇਆ, ਜਿਹੜੀ ਮੇਰੇ ਨਾਲ ਹੋਈ ਹੈ ਉਹ ਕਿਸੇ ਦੁਸ਼ਮਣ ਦੇ ਨਾਲ ਵੀ ਨਾ ਹੋਵੇ। ਬਾਪੂ ਫਿਕਰ ਨਾ ਕਰ, ਚੱਲ ਕਰ, ਤੂੰ ਰਾਤ ਵੀ ਕੱਟੇਗਾ, ਤੈਨੂੰ ਪ੍ਰਸ਼ਾਦਾ ਵੀ ਮਿਲੂਗਾ, ਤੇਰੀ ਮਾਇਕ ਤੌਰ ਤੇ ਲੋੜ ਵੀ ਕੀਤੀ ਜਾਏਗੀ, ਹਰ ਤਰ੍ਹਾਂ ਦੀ ਤੇਰੀ ਮਦਦ ਕੀਤੀ ਜਾਏਗੀ। ਭਾਈ ਤਾਰੂ ਸਿੰਘ ਇਸ ਮਾਛੀ ਨੂੰ ਆਪਣੇ ਘਰ ਲੈ ਗਿਆ, ਗਰਮ ਪਾਣੀ ਦੇ ਨਾਲ ਉਹਦੇ ਚਰਨ ਧੁਆਏ, ਹੱਥ ਧੁਆਏ। ਮੂੰਹ ਹੱਥ ਧੋਣ ਤੋਂ ਬਾਅਦ ਭਾਈ ਤਾਰੂ ਸਿੰਘ ਨੇ ਜਿਹੜਾ ਪ੍ਰਸ਼ਾਦਾ ਇਹਦੀ ਮਾਂ ਤੇ ਭੈਣ ਨੇ ਤਿਆਰ ਕੀਤਾ ਸੀ, ਥਾਲ ਲਿਆ ਕੇ ਰਹੀਮ ਬਖਸ਼ ਦੇ ਮੋਹਰੇ ਰੱਖ ਦਿੱਤਾ। ਹੁਣ ਰਹੀਮ ਬਖਸ਼ ਨੇ ਬੁਰਕੀ ਤੋੜੀ, ਮੂੰਹ ਵੱਲ ਲਿਜਾਣੀ ਚਾਹੁੰਦਾ, ਲੇਕਿਨ ਬੁਰਕੀ ਮੂੰਹ 'ਚ ਜਾਣ ਵਾਸਤੇ ਤਿਆਰ ਨਹੀਂ। ਇਹਦਾ ਮਨ ਆਪਣੀ ਧੀ ਵੱਲੇ ਜਾਂਦਾ, ਮੇਰੀ ਧੀ ਖੋਰੇ ਕਿਸ ਹਾਲ 'ਚ ਹੋਵੇਗੀ, ਉਹਨੇ ਖਬਰ ਹੈ ਰੋਟੀ ਖਾਧੀ ਹੈ, ਅੰਤਰ ਕੀਤਾ ਜਾਂ ਨਹੀਂ। ਇਹਨੇ ਬੁਰਕੀ ਥਾਲ ਵਿੱਚ ਰੱਖ ਦਿੱਤੀ, ਦੂਜੀ ਵਾਰ ਚੁੱਕੀ ਫਿਰ ਥਾਲ ਵਿੱਚ ਰੱਖ ਦਿੱਤੀ। ਜਦੋਂ 2-3 ਵਾਰ ਇਸ ਨੇ ਇੱਦਾਂ ਕੀਤਾ, ਭਾਈ ਤਾਰੂ ਸਿੰਘ ਇਸ ਬੁੱਢੇ ਮਾਛੀ ਨੂੰ ਕਹਿਣ ਲੱਗਾ ਬਾਪੂ ਖੁੱਲ੍ਹ ਕੇ ਦੱਸ ਤੇਰੇ ਨਾਲ ਕੀ ਹੋਇਆ। ਬਸ ਜਦੋਂ ਇੰਨੀ ਗੱਲ ਕਹੀ ਇਹਦਾ ਕੜ ਪਾਟ ਗਿਆ, ਇਹਨੇ ਰੋ ਰੋ ਕੇ ਆਪਣੇ ਨਾਲ ਹੋਈ ਬੀਤੀ ਦਾਸਤਾਨ ਭਾਈ ਤਾਰੂ ਸਿੰਘ ਨੂੰ ਹੇ Oh!
ਮਾਛੀ ਭਾਈ ਸਾਹਿਬ ਗਰੀਬਾਂ ਦੇ ਕਾਹਦੇ ਰੋਜ਼ੇ ਤੇ ਮੱਕੇ ਗਰੀਬਾਂ ਨੂੰ ਪੈਂਦੇ ਨੇ ਹਰ ਥਾਂ ਤੇ ਧੱਕੇ। ਕਹਿੰਦਾ ਗਰੀਬ ਦੀ ਕੋਈ ਜ਼ਿੰਦਗੀ ਨਹੀਂ, ਗਰੀਬ ਦੀ ਕੋਈ ਸੁਣਦਾ ਨਹੀਂ। ਮਤ ਸਤਾ ਗਰੀਬ ਕੋ, ਮਤ ਸਤਾ ਗਰੀਬ ਕੋ ਰੋ ਦੇਗਾ। ਗਰ ਪਤਾ ਲੱਗ ਗਿਆ ਉਸਕੇ ਖੁਦਾ ਕੋ ਤੋ ਜੜ ਸੇ ਹੀ ਖੋ ਦੇਗਾ, ਜੜ ਸੇ ਹੀ ਖੋ। ਅਮੀਰਾਂ ਦੀ ਕੁੱਤੀ ਨੂੰ ਰੇਸ਼ਮ ਦੀ ਅੰਗੀ, ਗਰੀਬਾਂ ਦੀ ਔਰਤ ਫਿਰੇ ਸਿਰੋਂ ਨੰਗੀ। ਟਿੱਬਿਆਂ ਨੂੰ ਢਾ ਦੇ, ਟੋਇਆਂ ਨੂੰ ਭਰ ਦੇ, ਐ ਰੱਬਾ ਤੂੰ ਦੁਨੀਆਂ ਨੂੰ ਇੱਕੋ ਜਿਹੀ ਕਰ ਦੇ। ਇੱਥੇ ਅਮੀਰੀ ਤੇ ਗਰੀਬੀ ਦਾ ਪਾੜਾ ਬੜਾ ਯਤਨ ਕੀਤਾ ਬਾਬੇ ਨਾਨਕ ਨੇ। ਅਰਦਾਸਾਂ ਤੋਂ ਪਹਿਲਾਂ ਭਾਈ ਲਾਲੋ ਦੀ ਗੱਲ ਕਰ ਰਿਹਾ ਸੀ ਢਾਡੀ ਜੱਥਾ। ਇੱਕ ਪਾਸੇ ਸਰਮਾਏਦਾਰੀ ਹੈ, ਇੱਕ ਪਾਸੇ ਕਿਰਤੀ ਹੈ। ਭਾਈ ਲਾਲੋ ਦੇ ਘਰ ਬਾਬਾ ਨਾਨਕ ਇਸ ਕਰਕੇ ਗਿਆ, ਉਹ ਸਰਮਾਏਦਾਰੀ ਅਮੀਰੀ ਤੇ ਗਰੀਬੀ ਨੂੰ ਇੱਕ ਕਰਨਾ ਚਾਹੁੰਦਾ ਪਰ ਹੋਈ ਨਹੀਂ। ਅੱਜ ਵੀ ਸਰਮਾਏਦਾਰੀ ਸਾਡੇ ਤੇ ਹਾਵੀ ਹੈ। ਕੁਛ ਕੁ ਬੰਦੇ ਜਿਹੜੇ ਸਰਮਾਏਦਾਰ ਨੇ ਉਹ ਪੂਰੇ ਮੁਲਕ ਨੂੰ ਚਲਾ ਰਹੇ ਨੇ, ਮੁਲਕ ਨੂੰ ਪ੍ਰਧਾਨ ਮੰਤਰੀ ਕੋਈ ਹੋਵੇ, ਲੇਕਿਨ ਸਰਮਾਏਦਾਰੀ ਦੇ ਹੱਥ ਵਿੱਚ ਇਹ ਤੋਤੇ ਬਣੇ ਹੋਏ ਨੇ। ਜਿਵੇਂ ਉਹ ਕਹਿੰਦੇ ਨੇ ਉਵੇਂ ਬੋਲਦੇ ਨੇ। ਖੈਰ ਮੇਰਾ ਇਹ ਵਿਸ਼ਾ ਨਹੀਂ। ਭਾਈ ਤਾਰੂ ਸਿੰਘ ਨੂੰ ਰਹੀਮ ਬਖਸ਼ ਕਹਿਣ ਲੱਗਾ ਭਾਈ ਸਾਹਿਬ ਮੇਰੀ ਕਿਸੇ ਨੇ ਸੁਣੀ ਨਹੀਂ, ਮੈਂ ਥੱਕ ਗਿਆ, ਬਸ ਸੁਣਤਾ ਜੀ ਕਰਦਾ, ਮਰ ਜਾਣ ਨੂੰ ਜੀ ਕਰਦਾ। ਭਾਈ ਤਾਰੂ ਸਿੰਘ ਕਹਿਣ ਲੱਗਾ ਬਾਪੂ ਐਸੀ ਕਿਹੜੀ ਮਰਜ਼ ਹੈ ਜਿਹਦੀ ਕੋਈ ਦੁਆ ਨਾ ਹੋਵੇ, ਹਰ ਮਰਜ਼ ਦਾ ਇਲਾਜ ਹੈ, ਦੱਸਣਾ ਚਾਹੀਦਾ। ਸਿਆਣੇ ਕਹਿੰਦੇ ਨੇ ਜੇ ਕੋਈ ਬਿਮਾਰੀ ਹੋਵੇ ਨਾ ਕੋਠੇ ਚੜ ਕੇ ਰੌਲਾ ਪਾਓ, ਕੋਈ ਨਾ ਕੋਈ ਮਿਲ ਜਾਂਦਾ ਤਾਂ ਕਿ ਇਲਾਜ ਹੋ ਜਾਵੇ। ਹੁਣ ਇਸ ਭਾਈ ਤਾਰੂ ਸਿੰਘ ਨੇ ਜਦੋਂ ਇਸ ਮਾਛੀ ਨੂੰ ਮਜਬੂਰ ਕਰ ਦਿੱਤਾ ਵੀ ਗੱਲ ਦੱਸ ਕੀ ਹੈ, ਇਹਨੇ ਆਪਣੀ ਗਾਥਾ ਵੀ ਕਿਵੇਂ ਮੇਰੀ ਜਵਾਨ ਲੜਕੀ ਚੁੱਕੀ ਗਈ ਹੈ, ਕਿਵੇਂ ਮੈਨੂੰ ਧੱਕੇ ਮਾਰ ਕੇ ਪੱਟੀ ਸ਼ਹਿਰ ਚੋਂ ਕੱਢਿਆ, ਮੇਰੀ ਲਾਹੌਰ ਸੂਬੇ ਜਕਰੀਆ ਖਾਨ ਦੇ ਦਰਬਾਰ ਵਿੱਚ ਵੀ ਫਰਿਆਦ ਨਹੀਂ ਸੁਣੀ ਗਈ। ਕਮਾਲ ਦੀ ਗੱਲ ਹੈ। ਇਹ ਕਹਿਣ ਲੱਗਾ ਰਾਜ ਵੀ ਮੁਗਲਾਂ ਦਾ, ਮੈਂ ਵੀ ਮੁਗਲ ਹਾਂ, ਚੁੱਕਣ ਵਾਲਾ ਵੀ ਮੁਗਲ ਹੈ, ਪਰ ਭਾਈ ਸਾਹਿਬ ਮੇਰੀ ਹੱਥ ਬੰਨ ਕੇ ਅਰਜ਼ ਹੈ, ਬੇਨਤੀ ਹੈ ਕਿ ਮੈਨੂੰ ਕੋਈ ਖੂਹ ਖਾਤਾ ਦੱਸ ਦਿਓ ਤਾਂ ਕਿ ਮੈਂ ਮਰ ਦਾ। ਭਾਈ ਤਾਰੂ ਸਿੰਘ ਕਹਿਣ ਲੱਗਾ ਬਾਪੂ ਏਦਾਂ ਨਾ ਕਰ, ਫਿਕਰ ਨਾ ਕਰ, ਤੂੰ ਪ੍ਰਸ਼ਾਦਾ ਸ਼ੱਕ, ਮੈਂ ਕਲਗੀ ਵਾਲੇ ਪਾਤਸ਼ਾਹ ਦਾ ਖੰਡੇ ਬਾਟੇ ਦੀ ਪੌਲ ਦਾ ਅੰਮ੍ਰਿਤ ਛਕਿਆ ਤੇ ਤੈਨੂੰ ਪ੍ਰਸ਼ਾਦਾ ਬੜੇ ਅਦਬ ਨਾਲ ਛਕ, ਉਸ ਤੋਂ ਬਾਅਦ ਦਿਲ ਚੜ੍ਹਦੇ ਤੋਂ ਪਹਿਲੋਂ ਤੇਰੀ ਧੀ ਤੇਰੇ ਕੋਲ ਹੋਵੇਗੀ। ਭਾਈ ਤਾਰੂ ਸਿੰਘ ਇਸ ਬੁੱਢੇ ਮਾਸੀ ਨੂੰ ਲੈ ਕੇ ਗਲਵੱਕੜੀ ਚ ਜਿਵੇਂ ਹੌਸਲਾ ਦੇਂਦਾ, ਜਿਵੇਂ ਉਹਦਾ ਧੀਰਤ ਹੁੰਦਾ, ਉਸ ਵੇਲੇ ਦੀਆਂ ਲਾਈਨਾਂ ਨੂੰ ਢਾਡੀ ਜੱਥਾ ਇੰਦਰਜੀਤ ਸਿੰਘ ਲੱਖਾ, ਯਾਦਵਿੰਦਰ ਸਿੰਘ ਲੱਖਾ, ਸਰੰਗੀ ਵਾਦਕ ਰਣਜੀਤ ਸਿੰਘ ਲੱਖਾ, ਤਾਂ ਫਤਿਹਗੜ੍ਹ ਸਾਹਿਬ ਵਾਲੇ ਦੇ ਸਾਥੀ ਹੈ।
ਇਹ ਜੂਗ ਹੈ ਵੀਰ ਬਹਾਦਰਾਂ ਦੀ, ਇਹ ਪਿੜ ਹੈ ਸ਼ਾਹ ਅਸਵਾਰਾਂ ਦਾ, ਜੋ ਇਸ ਤੇ ਜਿਉਣਾ ਚਾਹੁੰਦਾ ਹੈ ਉਹ ਛਾਤੀ ਤਾਣ ਖਲੋ ਜਾਵੇ, ਫਿਰ ਜਿੱਧਰ ਇਹਦੀ ਅੱਖ ਹੋਵੇ ਉੱਧਰ ਹੀ ਚਾਨਣ ਹੋ ਜਾਵੇ। ਖਾਲਸਾ ਜੀ, ਦੁਨੀਆ ਡਰਦਿਆਂ ਨੂੰ ਡਰਾਉਂਦੀ ਹੈ, ਜਦੋਂ ਅਗਲੇ ਨੂੰ ਸਾਹਮਣੇ ਘਸੁੰਨ ਦੇਖਦਾ ਹੈ ਨਾ ਸਾਹਮਣੇ, ਫਿਰ ਨਹੀਂ ਕੋਈ ਖੜਦਾ। ਜਿਹੜਾ ਬੰਦਾ ਹੱਥ ਬੰਦ ਹੈ ਉਹ ਤਾਂ ਇਸ ਕਰਕੇ ਹੱਥ ਬੰਦ ਹੈ ਵੀ ਵਕਤ ਤਲ ਜਾਵੇ ਤਲ ਜਾਵੇ। ਜਿਹੜਾ ਦੂਜਾ ਬੰਦਾ ਹੁੰਦਾ ਉਹ ਸਮਝਦਾ ਵੀ ਮੇਰੇ ਤੋਂ ਕਿਤੇ ਡਰਦਾ, ਪਰ ਨਹੀਂ। ਖਾਲਸਾ ਜੀ, ਇਹ ਕੌਮ ਖਾਲਸਾ ਕੌਮ ਬਹਾਦਰ ਕੌਮ ਹੈ, ਸਿੰਘ ਇਸੇ ਕਰਕੇ ਬਣਾਇਆ। ਆਹ ਵੈਸਟ ਬੰਗਾਲ ਵਿੱਚ ਜਿਹੜਾ ਭਾਣਾ ਵਾਪਰਿਆ ਨਾ ਨਾਬਾਲਗ ਲੜਕੀ ਦੇ ਨਾਲ, ਦਰਿੰਦਿਆਂ ਨੇ ਜੋ ਰੇਪ ਕੀਤਾ, ਉਹਦੇ ਮਾਂ ਬਾਪ ਇਹ ਰੋਂਦੇ ਝੱਲੇ ਨਹੀਂ ਸੀ ਜਾਂਦੇ, ਇਹ ਕਹਿ ਰਹੇ ਸਨ ਕਾਸ਼ ਕਿਤੇ ਇੱਕ ਵੀ ਸਿੱਖ ਇਸ ਹਸਪਤਾਲ ਦੇ ਵਿੱਚ ਕੋਈ ਮੁਲਾਜ਼ਮ ਹੁੰਦਾ ਤਾਂ ਇਹਨਾਂ ਜ਼ਾਲਮਾਂ ਦੀ ਕੀ ਮਜਾਲ ਸੀ ਵੀ ਸਾਡੀ ਧੀ ਦੇ ਨਾਲ ਇੱਦਾਂ ਧੱਕਾ ਹੋ ਜਾਂਦਾ। ਗੁਰੂ ਕੇ ਸਿੱਖਾ, ਤੈਨੂੰ ਬੜਾ ਮਾਣ ਦਿੱਤਾ ਹੈ, ਆਹ ਪੰਜਾਬ ਦੀ ਧਰਤੀ, ਇੱਥੇ ਕਿਸੇ ਦੀ ਕੋਈ ਹਿੰਮਤ, ਕਿਸੇ ਦੀ, ਚਾਹੇ ਕੋਈ ਹਿੰਦੂ ਦੀ ਧੀ ਹੋਵੇ, ਚਾਹੇ ਕੋਈ ਮੁਸਲਮਾਨ ਦੀ, ਚਾਹੇ ਕੋਈ ਜੈਨੀ ਦੀ, ਕਿਸੇ ਦੀ ਕੋਈ ਹਿੰਮਤ ਨਹੀਂ ਕਿਸੇ ਧੀ ਨੂੰ ਕੋਈ ਟਿੱਚਰ ਕਰ ਸਕੇ, ਕਿਸੇ ਧੀ ਨੂੰ ਕੋਈ ਮਜ਼ਾਕ ਕਰ ਸਕੇ। ਖਾਲਸਾ ਜੀ, ਅੰਕੜੇ ਆਏ ਨੇ, ਅੰਕੜੇ ਭਾਰਤ ਵਰਸ ਵਿੱਚ 28,000 ਦੇ ਕਰੀਬ ਲੜਕੀਆਂ ਨਾਲ ਰੇਪ ਹੋਏ ਨੇ ਪੂਰੇ ਭਾਰਤ ਵਿੱਚ, ਪਰ ਪੰਜਾਬ ਦੀ ਧਰਤੀ ਤੇ 0 ਹੈ, ਕਿਸੇ ਦੀ ਹਿੰਮਤ ਨਹੀਂ ਪਈ, ਕਿਉਂਕਿ ਇੱਥੇ ਧਰਮ ਕਰਮ ਸ਼ਰਮ ਇੱਥੇ ਕਾਇਮ ਹੈ। ਇੱਥੇ ਹਰ ਇੱਕ ਦੀ ਧੀ ਭੈਣ ਸਭ ਦੀ ਸਾਂਝੀ ਧੀ ਭੈਣ, ਇਸ ਕਰਕੇ ਸਾਨੂੰ ਮਾਣ ਹਾਸਲ ਹੈ। ਕਾਜੀ ਨੂਰ ਮੁਹੰਮਦ 18ਵੀਂ ਸਦੀ ਦੇ ਵਿੱਚ ਜਦੋਂ ਨਾਦਰ ਚੜ੍ਹ ਕੇ ਆਇਆ ਨਾ ਨਾਦਰ, ਇਹ ਕਾਜੀ ਨੂਰ ਮੁਹੰਮਦ ਨੇ ਸਿੱਖਾਂ ਦਾ ਇਤਿਹਾਸ ਲਿਖਿਆ। ਉਹ ਸਿੱਖਾਂ ਵਾਸਤੇ ਸਿੰਘਾਂ ਵਾਸਤੇ ਸ਼ਬਦ ਤਾਂ ਵਰਤਦਾ ਸਗ, ਸਗ ਦਾ ਮਤਲਬ ਹੁੰਦਾ ਕੁੱਤੇ, ਉਹ ਸਿੰਘਾਂ ਨੂੰ ਕੁੱਤੇ ਲਿਖਦਾ, ਕਹਿੰਦਾ ਮੈਂ ਹੈਰਾਨ ਹਾਂ ਇਹ ਸਗ ਜਿਹੜੇ ਨੇ, ਔਰ ਇਹ ਕਦੇ ਮੈਂ ਬਜ਼ੁਰਗ 'ਤੇ ਵਾਰ ਕਰਦੇ ਨਹੀਂ ਵੇਖੇ, ਕਦੇ ਮੈਂ ਔਰਤ 'ਤੇ ਵਾਰ ਕਰਦੇ ਨਹੀਂ ਵੇਖੇ, ਕਦੇ ਮੈਂ ਮਾਸੂਮ 'ਤੇ ਵਾਰ ਕਰਦੇ ਨਹੀਂ ਵੇਖੇ, ਔਰ ਕਦੇ ਮੈਂ ਭੱਜੇ ਜਾਂਦੇ 'ਤੇ ਵਾਰ ਕਰਦੇ ਨਹੀਂ ਵੇਖੇ, ਕਦੇ ਇਹਨਾਂ ਨੂੰ ਪਿੱਠ ਪਿੱਛੇ ਵਾਰ ਕਰਦਿਆਂ ਨਹੀਂ ਵੇਖਿਆ। ਧੀ ਭੈਣ ਜੇ ਕਿਸੇ ਗਰੀਬ ਦੀ ਵੀ ਹੋਵੇ ਉਹਨੂੰ ਵੀ ਆਪਣੀ ਧੀ ਭੈਣ ਸਮਝ ਕੇ, ਜਿਵੇਂ ਮਾਂ ਬਾਪ ਪਿਆਰ ਕਰਦੇ ਨੇ ਸਤਿਕਾਰ ਕਰਦੇ ਨੇ, ਔਰ ਉਹਨੂੰ ਵੀ ਇਸ ਤਰ੍ਹਾਂ ਮਾਣ ਸਤਿਕਾਰ ਦੇ, ਇਹ ਸ਼ਬਦ ਵਰਤਦਾ। ਦੂਜੀ ਗੱਲ, ਜਥੇਦਾਰ ਬਘੇਲ ਸਿੰਘ ਨੇ ਜਦੋਂ ਦਿੱਲੀ ਲੁੱਟੀ, ਦਿੱਲੀ ਦੇ ਵਿੱਚੋਂ ਦਿੱਲੀ ਦੇ ਤਖ਼ਤ 'ਤੇ ਕਾਬਜ਼ ਹੋ ਗਿਆ ਖਾਲਸਾ, ਸਿੰਘ ਦਿੱਲੀ ਦੇ ਉੱਤੇ ਜਦੋਂ ਕਾਬਜ਼ ਹੋ ਗਏ, ਉਹਨਾਂ ਦਿੱਲੀ ਦਾ ਤਖ਼ਤ ਹਾਸਲ ਕਰ ਲਿਆ। ਹੁਣ ਤਖ਼ਤ 'ਤੇ ਬੈਠਣ ਤੋਂ ਬਾਅਦ ਬਘੇਲ ਸਿੰਘ ਦਿੱਲੀ ਦੇ ਬਾਜ਼ਾਰਾਂ ਵਿੱਚ ਤੁਰਿਆ ਜਾ ਰਿਹਾ, ਇੱਕ ਜੌਹਰੀ ਭੱਜ ਕੇ ਆਇਆ ਆਪਣੀ ਦੁਕਾਨ 'ਚੋਂ ਬਾਹਰ, ਆ ਕੇ ਬਘੇਲ ਸਿੰਘ ਦੇ ਪੈਰਾਂ 'ਤੇ ਪੈ ਗਿਆ, ਔਰ ਉਹਦੇ ਅੱਖਾਂ 'ਚੋਂ ਹੰਝੂ ਹੰਝੂ ਖੁਸ਼ੀ ਦੇ ਸਨ, ਉਹਦੇ ਖੁਸ਼ੀ ਦੇ।
ਸੁਰਜੀਤ ਸਿੰਘ ਜੀ ਬਲ ਸਾਹਿਬ ਬੇਅੰਤ ਮਾਣ ਕਰਦੇ ਨੇ, ਤਹਿ ਦਿਲੋਂ ਧੰਨਵਾਦ ਭੈਣਾਂ ਵੱਲੋਂ, ਬਜ਼ੁਰਗਾਂ ਵੱਲੋਂ, ਬੱਚਿਆਂ ਵੱਲੋਂ ਬਹੁਤ ਸਾਰਾ ਮਾਣ ਆਇਆ। ਮੈਂ ਤਹਿ ਦਿਲੋਂ ਧੰਨਵਾਦ ਕਰਦਾ ਮੇਰਾ ਗੁਰਦੇਵ ਸਭ ਦੀ ਹਾਜ਼ਰੀ ਪ੍ਰਵਾਨ ਕਰੇ, ਸਭ ਨੂੰ ਨਾਮਦਾਨ ਬਖਸ਼ੇ, ਗੁਰਸਿੱਖੀ ਜੀਵਨ ਬਖਸ਼ੇ, ਬਾਬਾ ਸ੍ਰੀ ਚੰਦ ਜੀ ਸਭ ਦੀ ਯਾਤਰਾ ਸਫਲ ਕਰਨ। ਬਘੇਲ ਸਿੰਘ ਨੂੰ ਕਹਿਣ ਲੱਗਾ ਜੌਹਰੀ, ਕਹਿੰਦਾ ਫਰੀਨੇ ਦਾਈਏ ਤੁਹਾਡੇ ਸਿੰਘੋ, ਅਫਰੀਨੇ ਦਾਈਏ। ਕਹਿੰਦਾ ਕੀ ਗੱਲ, ਤੇਰੇ ਅੱਖਾਂ 'ਚੋਂ ਹੰਝੂ ਕਿਉਂ ਨੇ, ਤੇਰੇ ਨਾਲ ਧੱਕਾ ਹੋਇਆ? ਜੌਹਰੀ ਨੂੰ ਪੁੱਛਦਾ ਬਘੇਲ ਸਿੰਘ, ਕਹਿਣ ਲੱਗਾ ਨਹੀਂ। ਕਹਿੰਦਾ ਇਸ ਦਿੱਲੀ ਨੂੰ ਬੜਿਆਂ ਨੇ ਲੁੱਟਿਆ, ਜਦ ਦਿੱਲੀ ਨੂੰ ਲੁੱਟਣ ਆਏ ਨਾ ਜਿਹੜੇ ਲੁਟੇਰੇ, ਔਰ ਉਹਨਾਂ ਨੇ ਦਿੱਲੀ ਦਾ ਖਜ਼ਾਨਾ ਵੀ ਲੁੱਟਿਆ ਔਰ ਦਿੱਲੀ ਦੀ ਸ਼ੋਹਰਤ ਵੀ ਲੁੱਟੀ, ਦੌਲਤ ਵੀ ਲੁੱਟੀ, ਇੱਥੋਂ ਦੀਆਂ ਧੀਆਂ ਭੈਣਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਪਰ ਅਫਰੀਨੇ ਡਾਈਏ, ਕਹਿੰਦਾ ਸਿੰਘੋ ਤੁਹਾਡੇ, ਤੁਸੀਂ ਇਕੱਲਾ ਤਖ਼ਤ ਤਖ਼ਤ ਦਿੱਲੀ ਦੇ ਮਾਲਕ ਬਣੇ ਹੋ, ਤੁਸੀਂ ਨਾ ਤਾਂ ਦਿੱਲੀ ਦੇ ਕਿਸੇ ਸ਼ਾਹੂਕਾਰ ਦੀ ਮਾਇਆ ਵੱਲ ਤੱਕਿਆ ਅਤੇ ਨਾ ਕਿਸੇ ਦੀ ਧੀ ਭੈਣ ਵੱਲ ਤੱਕਿਆ। ਇਹ ਹੁੰਦਾ ਕਰੈਕਟਰ। ਇਸ ਗੱਲ ਦਾ ਸਾਨੂੰ ਮਾਣ ਹੈ ਗੁਰੂ ਕੇ ਸਿੱਖਾ, ਕਿਤੇ ਇਸ ਗੱਲ ਦਾ ਤੂੰ ਧਾਰਨੀ ਸੀ, ਤੇਰੀਆਂ ਗੱਲਾਂ ਕਿਤੇ ਚੱਲਦੀਆਂ ਸਨ, ਪਰ ਅੱਜ ਅੱਜ ਮੋੜ ਕੁਝ ਬਦਲ ਚੁੱਕਾ, ਉਧਰ ਆਉਣ ਦੀ ਜ਼ਰੂਰਤ ਹੈ। ਜਿਹੜਾ ਕਰੈਕਟਰ ਤੈਨੂੰ ਵੱਡਿਆਂ ਨੇ ਦਿੱਤਾ, ਜਿਹੜਾ ਤੈਨੂੰ ਵੱਡਿਆਂ ਨੇ ਤੇਰੇ ਅੰਦਰ ਮਾਣ ਤਾਣ ਭਰਿਆ, ਉਹਨੂੰ ਅੱਜ ਸਮਝਣ ਦੀ ਲੋੜ ਹੈ। ਖੈਰ ਇਸ ਪਾਸੇ ਨਾ ਜਾਵਾਂ। ਭਾਈ ਤਾਰੂ ਸਿੰਘ ਨੇ ਆਵਾਜ਼ਾਂ ਦਿੱਤਾ ਸਿੰਘਾਂ ਨੂੰ। ਭਾਈ ਤਾਰੂ ਸਿੰਘ ਦੇ ਕਹਿਣ ਤੇ ਅਨੇਕਾਂ ਸਿੰਘ ਜੰਗਲਾਂ ਵਿੱਚੋਂ ਭੱਜੇ ਆਏ, ਪਹੁੰਚੇ, ਕਹਿਣ ਲੱਗੇ ਭਾਈ ਸਾਹਿਬ ਕੀ ਹੁਕਮ ਹੈ? ਭਾਈ ਤਾਰੂ ਸਿੰਘ ਕਹਿਣ ਲੱਗਾ, ਆਹ ਗਰੀਬ ਬਾਪ ਹੈ, ਇਹਦੀ ਧੀ ਜਬਰੀ ਜਬਰ ਖਾਂ ਪੱਟੀ ਦੇ ਨਵਾਬ ਨੇ ਚੁੱਕ ਲਈ ਹੈ, ਔਰ ਆਪਾਂ ਉਹ ਗਊ ਛੁਡਾ ਕੇ ਲਿਆਉਣੀ। ਸਿੰਘਾਂ ਨੇ ਜਕਾਰੇ ਛੱਡੇ, ਆਖਿਆ ਫਿਰ ਖਾਲਸਾ ਜੀ ਦੇਰ ਕਿਸ ਗੱਲ ਦੀ ਹੈ? ਭਾਈ ਤਾਰੂ ਸਿੰਘ ਕਹਿੰਦਾ ਇੰਨਿਆਂ ਦੀ ਲੋੜ ਨਹੀਂ, ਕੇਵਲ ਪੰਜ ਸਿੰਘ ਨਾਲ ਜਾਣਗੇ। ਭਾਈ ਤਾਰੂ ਸਿੰਘ ਨੇ ਆਪਣੀ ਮਰਜ਼ੀ ਨਾਲ ਉਹਨਾਂ ਪੰਜਾਂ ਸਿੰਘਾਂ ਨੂੰ ਨਾਲ ਲਿਆ, ਨਾਲ ਰਹੀਮ ਬਖਸ਼ ਨੂੰ ਆਖਿਆ ਕਿ ਬਾਪੂ ਤੂੰ ਵੀ ਸਾਡੇ ਨਾਲ ਚੱਲ, ਤੈਨੂੰ ਪਤਾ ਤੇਰੀ ਧੀ ਕਿਹੜੀ ਹਵੇਲੀ 'ਚ ਹੈ, ਕਿੱਥੇ ਹੈ, ਤੂੰ ਦੱਸ ਸਕੇਗਾ, ਤੇਰੀ ਧੀ ਤੇਰੇ ਸਪੁਰਦ ਕਰ ਦਿਆਂਗੇ। ਅਸੀਂ ਕਲਗੀ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖੰਡੇ ਵਾਟੇ ਦੀ ਪੌਲ ਦੀ, ਗੁਰੂ ਗੋਬਿੰਦ ਸਿੰਘ ਸਾਨੂੰ ਕਸਮ ਲੱਗੇ, ਜੇ ਦਿਨ ਚੜ੍ਹਦੇ ਤੋਂ ਪਹਿਲੋਂ ਤੇਰੀ ਧੀ ਤੇਰੇ ਸਪੁਰਦ ਨਾ ਕਰ ਦੇਈ। ਲਓ ਜੀ, ਸੋਚ ਕੇ ਅਰਦਾਸਾ, ਭਾਈ ਤਾਰੂ ਸਿੰਘ ਸਿੰਘਾਂ ਸਮੇਤ ਪੱਟੀ ਸ਼ਹਿਰ ਪਹੁੰਚ ਗਿਆ। ਪੱਟੀ ਪਹੁੰਚਣ ਤੋਂ ਬਾਅਦ ਜ਼ਫਰ ਬੇਗ ਦੀ ਹਵੇਲੀ ਵੱਲ ਇਹਨਾਂ ਰੁਖ ਕੀਤਾ। ਜਦੋਂ ਪਹੁੰਚੇ ਹਵੇਲੀ ਤੋਂ ਬਾਹਰ, ਤਾਰੂ ਸਿੰਘ ਇੱਕ ਬੰਨੇ ਆਪਣੇ ਸਾਥੀਆਂ ਨੂੰ ਕਹਿਣ ਲੱਗਾ, ਸਾਥੀਓ ਰੁਕ ਜਾਓ, ਆਪਾਂ ਬੇਨਤੀ ਕਰ ਲਈਏ, ਜੋਦੜੀ ਕਰ ਲਈਏ। ਗੁਰੂ ਕੇ ਸਿੱਖ ਕੋਲ ਅਰਦਾਸ ਹੈ, ਕੋਈ ਵੀ ਕੰਮ ਕਰਨਾ ਹੋਵੇ, ਕੋਈ ਖੁਸ਼ੀ ਹੋਵੇ, ਕੋਈ ਗਮੀ ਹੋਵੇ, ਅਰਦਾਸ ਕਰਦਾ ਗੁਰੂ ਕਾ ਸਿੱਖ। ਭਾਈ ਤਾਰੂ ਸਿੰਘ ਨੇ ਕੀਤੀ ਅਰਦਾਸ, ਦੇਹ ਸ਼ਿਵਾ ਬਰ ਮੋਹੇ ਇਹ ਹੈ, ਸ਼ੁਭ ਕਰਮਨ ਤੇ ਕਭੂ ਨਾ ਡਰੂ, ਨਾ ਡਰੂ ਅਰਸੋ ਜਬ ਦਾਏ ਲੜੂ, ਨੇ ਚੈ ਕਰ ਆਪਣੀ ਜੀ ਕਰੋ, ਅਬ ਸਿੱਖੂ ਆਪਣੇ ਹੀ ਮਨ ਕਹੋ, ਇਹ ਲਾਲ ਜਹਾਂ ਗੁਣ ਤਾਂ ਉਤਰੋ, ਜਬ ਆਪ ਕੀ ਔਰ ਨਿਧਾਨ ਬਣੇ, ਅਤ ਹੀਰਣ ਮੈਂ ਤਬ ਜੂਲ ਬਰੋ ਦਾ ਸਦਾਨ ਪੱਲੇ ਬਣ ਕੇ। ਭਾਈ ਤਾਰੂ ਸਿੰਘ ਨੇ ਜ਼ਫਰ ਵੇਗ ਦੀ ਹਵੇਲੀ ਤੇ ਧੜਾ ਹੈ।
ਖਾਲੀ ਕੰਨਿਆ ਵੀਰੇ ਮੇਰੇ ਸਬੱਬੀ ਮੇਲੇ ਹੋਣ ਗਏ ਮਈਆ ਇਸ ਜਹਾਨ ਤੇ ਹੋ ਪੈਣਾ ਗੂਲਿਆ ਸਾਨੂੰ ਮਾਰਨ ਵਾਲੇ ਮੁੱਕ ਗਏ ਪਰ ਅਸੀਂ ਨਹੀਂ ਮੁੱਕੇ।
फनूस बनकर जिसकी हिफाजत हवा करे वो शम्मा कब दे जिसे रोशन खुदा करे। जिन्ना चिर गुरु का सिख गुरु ग्रंथ साहब महाराज नू अपने वड्डियां दे इतिहास नू मद्दे नजर रखेगा कोई भी एदी वावल टक नहीं सकेगा। लो जी मैनू मेरे वीर जोड़े दी कली बस समाप्ति का मैं अपने समय च रहिंदिया भाई तारू सिंह ने जिस वेले हल्ला बोलिया जफर बेग उत्ते जफर बेग नू चियांदे नू फरिया उहदे कोलों हिसाब किताब लिया गया और इस गरीब माछी दी धी छडवा के उहदे सपुरद कर दित्ती और इहनू कीती दा फल भुगता दित्ता। उसे वेले सिंघां ने सौदा ला दित्ता ਸਿੰਘਾਂ ਦਾ ਸੌਦਾ ਚੰਗੇ ਕੰਮ ਵਾਸਤੇ ਲਾਉਣਾ ਚੰਗੀ ਗੱਲ ਹੈ। ਕਿਸੇ ਪਾਪ ਨੂੰ ਖਤਮ ਕਰਨਾ ਨਾ ਪਾਪੀ ਨੂੰ ਖਤਮ ਕਰਨਾ ਪਾਪੀ ਕੇ ਮਾਰਨੇ ਕੋ ਮਹਾ ਬਲੀ ਹੈ ਉਹਦੇ ਪਾਪ ਹੀ ਉਹਨੂੰ ਲੈ ਡੁੱਬਦੇ ਨੇ। ਇਹ ਮਾਰਿਆ ਗਿਆ ਔਰ ਧੀ ਰਹੀਮ ਬਖਸ਼ ਦੇ ਜਿਹੜੀ ਇਹ ਘਰ ਪਹੁੰਚਾ ਦਿੱਤੀ ਗਈ। ਹੁਣ ਇਹ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ ਵੀ ਰਾਤ ਵੇਲੇ ਸਿੰਘ ਆਏ ਉਹ ਮਾਛੀ ਦੀ ਧੀ ਛਡਾ ਕੇ ਲੈ ਗਏ ਤੇ ਜਫਰ ਬੇਗ ਨੂੰ ਮਾਰ ਗਏ। ਮੈਂ ਬੇਨਤੀ ਕਰਾਂ ਕਿ 2:30 ਵਜੇ ਤੱਕ ਆਪਾਂ ਹਾਜ਼ਰੀ ਭਰਨੀ ਹੈ ਤੇ ਜੋੜੇ ਦੀ ਕਲੀ ਲਾਸਟ ਵਿੱਚ ਕਹਿਣ ਜਾ ਰਹੇ ਹਾਂ। ਇਹਦੇ ਨਾਲ ਹੀ ਟਾਈਮ ਦੀ ਸਮਾਪਤੀ ਹੋ ਜਾਣੀ ਹੈ। 2 ਘੰਟੇ ਦਾ ਪਤਾ ਹੀ ਨਹੀਂ ਲੱਗਾ ਕਿਵੇਂ ਸਮਾਂ ਲੰਘ ਗਿਆ। ਵਕਤ ਦਾ ਪਤਾ ਨਹੀਂ ਲੱਗਦਾ ਹੁੰਦਾ। ਹਾਂ ਵਕਤ ਉਦੋਂ ਬੰਦੇ ਦਾ ਨਹੀਂ ਲੰਘਦਾ ਜਦੋਂ ਬੰਦਾ ਕਿਸੇ ਮੁਸੀਬਤ ਵਿੱਚ ਹੁੰਦਾ ਕਿਸੇ ਬਿਪਤਾ ਵਿੱਚ ਹੁੰਦਾ ਹੈ ਕਿਸੇ ਔਕੜ ਵਿੱਚ ਹੁੰਦਾ ਹੈ। ਚੰਗਾ ਵਕਤ ਤਾਂ ਬੰਦੇ ਦੀ ਜ਼ਿੰਦਗੀ ਵੀ ਇੱਦਾਂ ਹੀ ਲੰਘ ਜਾਂਦੀ ਹੈ। ਬਚਪਨ ਦੇ ਵਿੱਚ ਉਹ ਕੰਮ ਕਰੀਏ ਜਿਹੜਾ ਜਵਾਨੀ 'ਚ ਕੰਮ ਆਵੇ। ਜਵਾਨੀ ਦੇ ਵਿੱਚ ਉਹ ਕੰਮ ਕਰੀਏ ਜਿਹੜਾ ਵਡੇਪੇ 'ਚ ਕੰਮ ਆਵੇ। ਵਡੇਪੇ ਦੇ ਵਿੱਚ ਉਹ ਕਾਰਜ ਕਰ ਜਾਈਏ ਜਿਹੜਾ ਤੁਹਾਨੂੰ ਲੋਕ ਸੁਖੀਆ ਅਤੇ ਪਰਲੋਕ ਸੁਹੇਲਾ ਬਣਾ ਜਾਵੇ। ਮੇਰੇ ਮੌਲਾ ਮੈਨੇ ਜੇ ਦੁਨੀਆ ਫਾਨੀ ਦੇਖੀ ਹਰ ਚੀਜ਼ ਜਹਾਂ ਕੀ ਆਨੀ ਜਾਨੀ ਦੇਖੀ ਜੋ ਆ ਕੇ ਨਾ ਜਾਏ ਵੋ ਬੁਢਾਪਾ ਦੇਖਾ ਜੋ ਜਾ ਕਰ ਨਾ ਆਏ ਵੋ ਜਵਾਨੀ ਦੇਖੀ। ਇੱਕ ਬਾਪੂ ਕੋਈ ਬਜ਼ੁਰਗ ਖੁੰਡੀ ਲਈ ਜਾ ਰਿਹਾ ਸੀ ਕੁੱਬਾ ਹੋਇਆ ਹੋਇਆ ਕਮਾਣ ਵਾਂਗੂ। ਨੌਜਵਾਨ 16 ਸਾਲ ਦਾ ਗੱਭਰੂ ਉਹਨੂੰ ਟਿੱਚਰ ਕਰਦਾ ਹੈ ਬਾਪੂ ਤੇਰਾ ਕੁਝ ਗੁੰਮ ਗਿਆ ਤੇਰਾ ਕੁਝ ਗੁਆਚ ਗਿਆ। ਕਹਿੰਦਾ ਪੁੱਤਰਾ ਹਾਂ ਮੈਂ ਆਪਣੀ ਜਵਾਨੀ ਲੱਭਦਾ ਡੋਰ ਜਦੋਂ ਸਵਾਸਾਂ ਦੀ ਟੁੱਟ ਜਾਣੀ ਇੱਕ ਪਲ ਨਹੀਂ ਇੱਥੇ ਜੀ ਹੋਣਾ ਜੀਵਨ ਰੂਪੀ ਜਦੋਂ ਕੱਪੜਾ ਫਟ ਜਾਣਾ ਇਹ ਨਹੀਂ ਕਿਸੇ ਵੀ ਦਰਜੀ ਤੋਂ ਸੀਖ ਹੋਣਾ। ਦਾਣਾ ਪਾਣੀ ਜਦੋਂ ਮੁੱਕਿਆ ਜੱਗ ਵਿੱਚੋਂ ਘੁੱਟ ਪਾਣੀ ਦਾ ਫੇਰ ਨਹੀਂ ਪੀ ਹੋਣਾ। ਆ ਰਾਤ ਵੇਖੋ ਆ ਭੈਣ ਇੱਥੇ ਸੇਵਾ ਕਰਦੀ ਗਈ ਹੈ ਗੰਢੇ ਛਿਲਦੀ ਘਰ ਗਈ ਹੈ। ਘਰ ਜਾ ਕੇ ਉਹਦਾ ਦਾਣਾ ਪਾਣੀ ਮੁੱਕ ਗਿਆ ਅਟੈਕ ਹੋ ਗਿਆ ਉਹ ਫੌਤ ਹੋ ਗਈ। ਦਾਣਾ ਪਾਣੀ ਜਦੋਂ ਮੁੱਕਿਆ ਜੱਗ ਵਿੱਚੋਂ ਘੁੱਟ ਪਾਣੀ ਦਾ ਫੇਰ ਨਹੀਂ ਪੀ ਹੋਣਾ।
ਕੱਲੇ ਆਏ, ਕੱਲਿਆਂ ਜਾਣਾ ਇੱਥੋਂ, ਨਾਲ ਨਹੀਂ ਕਿਸੇ ਨੇ ਜਾਣਾ, ਕੱਲੇ ਆਏ, ਕੱਲਿਆਂ ਜਾਣਾ ਇੱਥੋਂ, ਨਾਲ ਕਿਸੇ ਪੁੱਤ ਨਾ ਧੀ ਹੋਣਾ, ਤਾਂ ਜੀ ਉਹਦੀਆਂ ਉਹੀ ਜਾਣਦਾ ਹੈ, ਖੋਰੇ ਪਤਾ ਨਹੀਂ ਘੜੀ ਨੂੰ ਕੀ ਹੋਣਾ, ਗਿਣ ਗਿਣ ਗਿੱਟੀਆਂ ਤੇ ਫੋਲ ਫੋਲ ਮਿੱਟੀਆਂ ਨੂੰ ਲੱਭਦਾ ਹੈ ਹੱਲ ਬੰਦਾ ਇਸੇ ਸਵਾਲ ਦਾ। ਗੁੱਡ ਨਾਈਟ ਨਿਊ ਲਾਈਫ, ਗੁੱਡ ਫਰਾਈਡੇ ਹੋਵੇ, ਬੈਸਟ ਬਿਊਟੀਫੁੱਲ ਦੀ ਇਹ ਰੈਸਟ ਫਿਰੇ ਭਾਲ ਦਾ, ਪਰ ਡੈਥ ਦੀ ਸਟਿਕ ਹਿੱਟ ਫਿੱਟ ਕੀਤੀ ਕੰਨਾ ਮੁੱਢ, ਹੋ ਜਾਣਾ ਕਰੈਕ ਗਾਂਢਾ ਤਣੇ ਹੋਏ ਜਾਲ ਦਾ। ਕੱਲ ਦੀ ਕੀ ਗੱਲ ਖੋਰੇ, ਅੱਜ ਵੀ ਨਾ ਲੰਘੇ ਚੀਮਾ, ਬੰਨੀ ਬੈਠਾ ਪ੍ਰੋਗਰਾਮ ਏਦੂ ਆਉਂਦੇ ਸਾਲ ਦਾ। ਕਿਤਨੀ ਨਾਪਾਏਦਾਰ ਹੈ ਜੇ ਜ਼ਿੰਦਗੀ, ਹਰ ਸਾਂਸ ਪੇ ਗੁਮਾ ਹੈ ਕਿ ਜਹੀ ਕਹੀ ਜੇ ਆਖਰੀ ਨਾ ਹੋ। ਗੁਰਬਾਣੀ ਦਾ ਫੈਸਲਾ, ਹਮ ਆਦਮੀ ਹਾਂ ਇੱਕ ਦਮੀ, ਮੋਹਲਕ ਮੋਹਤ ਨਾ ਜਾਣਾ, ਨਾਨਕ ਬਿਨਵੈ ਤੇ ਸਹਿਸਰੇ ਵੋ ਜਾ ਕੇ ਜੀ। ਪੁਰਾਣਾ ਜੋ ਆਇਆ ਸੋ ਚੱਲ ਸੀ, ਇਹ ਉਹਨਾਂ ਲਈ ਹੈ ਜਿਹੜੇ ਚਲੇ ਗਏ, ਅਗਲੀ ਤੁਕ ਸਾਡੇ ਤੁਹਾਡੇ ਸਭ ਲਈ ਹੈ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਜਿਸ ਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ। ਅੱਜ ਬਾਬਾ ਸ੍ਰੀ ਚੰਦ ਜੀ ਦੇ ਅਸਥਾਨ ਤੇ ਪੜਨ ਕਰਕੇ ਜਾਈਏ, ਜੇ ਪਹਿਲਾਂ ਕਿਤੇ ਕੋਈ ਬੁਰਾ ਕੰਮ ਹੋ ਗਿਆ ਮਾਫ਼ੀ ਮਿਲ ਜਾਏਗੀ, ਬਖਸ਼ ਦਏਗਾ ਗੁਰੂ, ਲੇਕਿਨ ਅੱਗੇ ਵਾਸਤੇ ਚੰਗੇ ਕਰਮ ਕਰਨ ਦੀ ਅੱਜ ਸਹੁੰ ਖਾ ਕੇ ਜਾਈਏ। ਗੁਜ਼ਰ ਗਈ ਸੋ ਗੁਜ਼ਰ ਗਈ, ਉਸੇ ਯਾਦ ਨਾ ਕਰ, ਰਹਿ ਗਈ ਸੋ ਕੁਛ ਕਰ, ਇਸੇ ਬਰਬਾਦ ਨਾ ਕਰ। ਆਓ ਜੋੜੇ ਦੀ ਕਲੀ ਤੁਹਾਡੇ ਸਾਹਮਣੇ, ਇਸ ਬੰਦੇ ਦੀ ਜ਼ਿੰਦਗੀ ਤੇ ਕਹਿਣ ਜਾ ਰਹੇ ਹਾਂ, ਮੇਰੀ ਮੇਰੀ ਕਰਨੀ ਛੱਡ ਦੇ ਬੰਦਿਆ ਆਹ।
ਜਵਾਨੀ ਹੁੰਦੀ ਹੈ, ਜਵਾਨੀ ਲੰਘਦੀ ਹੈ, ਬੁਢਾਪਾ ਆ ਜਾਂਦਾ, ਬੁਢਾਪੇ ਤੋਂ ਬਾਅਦ ਬਸ ਖਤਮ ਕਹਾਣੀ। ਇਸ ਵਾਸਤੇ ਜਾਣ ਤੋਂ ਪਹਿਲਾਂ ਕੋਈ ਨੇਕ ਕੰਮ ਕਰ ਲਿਆ ਜਾਏ,
ਚੰਗਾ ਕੰਮ ਕਰ ਲਿਆ ਜਾਏ ਤਾਂ ਕਿ ਕੋਈ ਸਾਡੀ ਯਾਦ ਵਿੱਚ ਵੀ ਕੋਈ ਮੇਲੇ ਲੱਗਣ, ਕੋਈ ਯਾਦ ਕਰ ਲਵੇ ਸਾਨੂੰ ਵੀ ਆਉਣ ਵਾਲੀਆਂ ਪੀੜ੍ਹੀਆਂ। ਇੰਨਾ ਕੁਝ ਕਹਿੰਦਾ ਹੋਇਆ ਮੈਂ ਸਮੁੱਚੀ ਮੈਨੇਜਮੈਂਟ ਬਾਬਾ ਸ੍ਰੀ ਚੰਦ ਜੀ ਦੀ ਸਮੁੱਚੀ ਫੁਲਵਾੜੀ ਸਮੁੱਚੀ ਮਹੰਤ ਬਰਾਦਰੀ ਦਾ ਜਿੱਥੇ ਧੰਨਵਾਦ ਕਰਦਾ, ਉੱਥੇ ਦੇਸ਼ ਵਿੱਚ ਵਿਦੇਸ਼ ਵਿੱਚ ਜਿੰਨੇ NRI ਭਰਾ ਬੈਠੇ ਨੇ ਉਹਨਾਂ ਸਾਰਿਆਂ ਦਾ, ਨਗਰ ਇਲਾਕੇ ਦੀਆਂ ਸੰਗਤਾਂ ਦਾ ਵੀ ਧੰਨਵਾਦ ਕਰਦਾ। ਵੀਰ ਅਗਮ ਵੀਰ ਸਿੰਘ ਜੀ ਸਪੇਨ ਤੋਂ, ਉਹਨਾਂ ਦੇ ਨਾਂ ਦੇ ਉੱਤੇ 200 ਦਮੜਾ ਗੁਰੂ ਪਿਆਰੇ ਹਾਜ਼ਰ ਕਰ ਗਏ ਨੇ, ਮੈਂ ਧੰਨਵਾਦ ਕਰਦਾ। ਜਿੰਨੀਆਂ ਸੰਗਤਾਂ ਵੱਲੋਂ, ਭੈਣਾਂ ਵੱਲੋਂ, ਪ੍ਰਬੰਧਕ ਸੱਜਣਾਂ ਵੱਲੋਂ ਜੋ ਵੀ ਮਾਇਆ ਹਾਜ਼ਰ ਹੋਈ ਹੈ, ਬਾਬਾ ਸ੍ਰੀ ਚੰਦ ਜੀ ਸਭ ਦੇ ਨਾਂ ਜਾਣਦੇ ਨੇ, ਸਭ ਦੀਆਂ ਹਾਜ਼ਰੀਆਂ ਲਾਉਣ, ਸਭ ਦੀ ਮਾਇਆ ਸਫਲ ਕਰਨ, ਸਭ ਦੀਆਂ ਭਾਵਨਾਵਾਂ ਪੂਰੀਆਂ ਕਰਨ, ਸਭ ਨੂੰ ਚੜ੍ਹਦੀਆਂ ਕਲਾ ਬਖਸ਼ੇ ਕਰਨ। ਸਾਉਣ ਵਾਲੇ ਵੀਰ ਦਾ ਵੀ ਧੰਨਵਾਦ, ਸਾਊਂਡ ਸਰਵਿਸ ਬਹੁਤ ਬਹੁਤ ਧੰਨਵਾਦ, ਆ ਲਾਈਵ ਵਾਲੇ ਦਾ ਵੀ ਬਹੁਤ ਬਹੁਤ ਧੰਨਵਾਦ। ਮੈਂ ਆਪਣੇ ਵੀਰ ਬਲਵਿੰਦਰ ਸਿੰਘ ਜੀ ਉਰਫ ਬਿੱਲਾ ਉਹਨਾਂ ਦਾ ਵੀ ਧੰਨਵਾਦ ਕਰਦਾ, ਜਿਹੜੇ ਇਲਾਕੇ ਦੇ ਪ੍ਰੋਗਰਾਮਾਂ ਵਿੱਚ, ਇਲਾਕੇ ਦੇ ਵਿੱਚ ਸਾਨੂੰ ਸਾਧਦੇ ਰਹਿੰਦੇ ਨੇ, ਜਿੱਥੇ ਨੇ ਮਾਣ ਦਿੰਦੇ ਰਹਿੰਦੇ ਨੇ, ਬਹੁਤ ਬਹੁਤ ਧੰਨਵਾਦ ਕਰਦਾ। ਉਹਨਾਂ ਦਾ ਵੀ ਮਹਾਰਾਜ ਕਿਰਪਾ ਕਰੇ। ਮਿੰਟੂ ਟੈਂਟ ਹਾਊਸ ਅਤੇ ਸਾਊਂਡ ਵੀ ਇਹਨਾਂ ਦੀ ਹੋਇਆ, ਬਹੁਤ ਬਹੁਤ ਧੰਨਵਾਦ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ, ਇਸ ਅਸਥਾਨ ਦੇ ਮੁਖੀ ਬਾਬਾ ਜਸਵਿੰਦਰ ਦਾਸ ਜੀ ਦਾ ਅਤੇ ਸੰਗਤਾਂ ਦਾ, ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਬੜੇ ਸ਼ੌਕ ਸੇ ਸੁਣ ਰਹਾ ਥਾ ਜ਼ਮਾਨਾ ਹਮੀ ਸੋ ਗਏ ਦਾਸਤਾ ਕਹਤੇ ਕਹਤੇ, ਬਸ ਇੱਕੋ ਅਰਜ਼ ਹੈ, ਇੱਕੋ ਤਮੰਨਾ। ਸਮਾਪਤੀ ਕਰਨ ਤੋਂ ਪਹਿਲਾਂ ਇੱਕ ਸ਼ੇਰ ਦੁਆਰਾ ਸਮਾਪਤੀ ਕਰਾਂਗਾ ਕਿ ਮਿੱਟੀ ਪਾਕ ਦਹਿਲੀਜ਼ ਤੇਰੀ ਦੀ, ਚੁੱਕ ਚੁੱਕ ਮਸਤਕ ਲਾਵਾਂ, ਜਿਸ ਨੂੰ ਪਏ ਫਰਿਸ਼ਤੇ ਤਰਸਣ, ਸੌ ਸੌ ਕਰਨ ਦੁਆਵਾਂ, ਉਹਨਾਂ ਦੀ ਚਿੰਤਾ ਮੁੱਕ ਜਾਂਦੀ, ਜਿੱਤ ਵੱਲ ਕਰੇ ਇਸ਼ਾਰੇ, ਰਾਹੀ ਦਰ ਤੇਰੇ ਦਾ ਕੂਕਰ, ਗੁਣ ਗਾਉਂਦਾ ਮੁੱਕ ਜਾਵਾਂ, ਗੁਣ ਗਾਉਂਦਾ ਮੁੱਕ ਜਾਵਾਂ, ਭੁੱਲਾ ਚੁੱਕਾ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।